ਸਾਸ਼ਤਰਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਮੈਂ ਸੁਖਦੀਪ ਕਾਰ ਸੰਧੂ ਲੈ ਕੇ ਹਾਜ਼ਰ ਪ੍ਰੋਗਰਾਮ ਪੰਜਾਬ ਐਬਰਾਡ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਪ੍ਰੋਗਰਾਮ ਦੇ ਵਿੱਚ ਕਿ ਬਾਹਰ ਤਾਂ ਜਾਣਾ ਤੇ ਇੱਕ ਡਰਾਵਾ ਵੀ ਹੁੰਦਾ ਹੈ ਡਰਾਵਾ ਕਾਦਾ ਹੁੰਦਾ ਇੰਟਰਵਿਊ ਦਾ ਸਾਰਿਆਂ ਨੂੰ ਇੱਕ ਡਰਾਵਾ ਇਹ ਹੁੰਦਾ ਹੈ ਕਿ ਇੰਟਰਵਿਊ ਲਈ ਜਾਣਾ ਹੈ ਸਪੈਸ਼ਲ ਜੇ ਅਸੀਂ ਯੂਐਸਏ ਦੀ ਗੱਲ ਕਰੀਏ ਕਿ ਇੰਟਰਵਿਊ ਦੇਣੀ ਹੈ ਬਹੁਤ ਔਖੀ ਹੈ ਪਤਾ ਨਹੀਂ ਕੀ ਪੁੱਛ ਲੈਣਾ ਪਤਾ ਨਹੀਂ ਮੇਰੀ ਮੈਂ ਦੇ ਪਾਵਾਂਗਾ ਇੰਟਰਵਿਊ ਕਿ ਨਹੀਂ ਦੇ ਪਾਵਾਂਗਾ ਕਿਉਂਕਿ ਜਿੰਨਾ ਮਰਜੀ ਤੁਹਾਨੂੰ ਅਨਸਰਿੰਗ ਜਿਹੜੀ ਹੈ ਉਹ ਕਰਨੀ ਆਉਂਦੀ ਹੋਵੇ ਜਿੰਨਾ ਮਰਜੀ ਤੁਹਾਨੂੰ ਬੋਲਣਾ ਆਉਂਦਾ ਹੋਵੇ ਪਰ ਇੰਟਰਵਿਊ ਦੇਣ ਟਾਈਮ ਇੱਕ ਮਨ ਦੇ ਵਿੱਚ ਭੈ ਜਿਹੜਾ ਹੈ ਉਹ ਜ਼ਰੂਰ ਹੁੰਦਾ ਹੈ ਅੱਜ ਅਸੀਂ ਉਹੀ ਗੱਲ ਬਾਤ ਕਰਨੀ ਹੈ ਕਿ ਜੇ ਤੁਸੀਂ ਇੰਟਰਵਿਊ ਲਈ ਜਾਣਾ ਹੈ ਤੇ ਕਿੱਦਾਂ ਆਪਣੇ ਆਪ ਨੂੰ ਪ੍ਰੀਪੇਅਰ ਕਰਨਾ ਹੈ ਸੋ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਮੌਜੂਦ ਨੇ ਅਰਵਿੰਦਰਪਾਲ ਜੀ ਸੋ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਮੈਮ ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅ ਜਿਹੜੀ ਖਾਸ ਸਾਡੀ ਅੱਜ ਪੇਸ਼ਕਸ਼ ਹੋਏਗੀ ਜੋ ਅਸੀਂ ਗੱਲਬਾਤ ਕਰਨੀ ਹੈ ਇੰਟਰਵਿਊ ਦੇ ਸੰਬੰਧ ਦੇ ਵਿੱਚ ਹੋਏਗੀ ਸੋ ਜਿਵੇਂ ਮੈਂ ਪਹਿਲਾਂ ਹੀ ਆਪਣੇ ਆਡੀਅੰਸ ਨੂੰ ਦੱਸ ਦਿੱਤਾ ਇੰਟਰਵਿਊ ਲਈ ਜਦੋਂ ਅਸੀਂ ਜਾਂਦੇ ਹਾਂ ਕਿਹੜੀਆਂ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੈ ਬੇਸਿਕਲੀ ਕਿਸੇ ਪਾਸੇ ਵੀ ਕੋਈ ਵੀ ਇੰਟਰਵਿਊ ਦਾ ਕੋਈ ਸਪੈਸਿਫਿਕ ਫਾਰਮ ਨਹੀਂ ਹੁੰਦਾ ਅਗਰ ਅਸੀਂ ਯੂ ਐਸ ਦੀ ਜਰਨਲ ਜਿਹੜੀ ਇੰਟਰਵਿਊਜ਼ ਆ ਜਿਹਨੂੰ ਅਸੀਂ B1 B2 ਕੈਟਾਗਰੀ ਦੇ ਵਿੱਚ ਕਹਿੰਦੇ ਆ ਹਾਂਜੀ ਜਸਟ ਵੀਜ਼ਾ ਆਫੀਸਰ ਲਈ ਤੁਸੀਂ ਇੱਕ ਅਣਜਾਣ ਸ਼ਖਸ ਹੋ ਔਰ ਵੀਜ਼ਾ ਆਫੀਸਰ ਦਾ ਸਿਰਫ ਤੇ ਸਿਰਫ ਤੁਹਾਡੇ ਨਾਲੇ ਥੋੜੀ ਬਹੁਤ ਤੁਹਾਡੀ ਬਾਰੇ ਜਾਣਕਾਰੀ ਹਾਸਲ ਕਰਨਾ ਹੀ ਉਹਦਾ ਮਕਸਦ ਹੈ ਹਾਂ ਔਰ ਬਾਕੀ ਸਾਰੀ ਐਮਬੈਸੀਜ਼ ਵਾਂਗੂ ਤੁਹਾਡੇ ਬਹੁਤ ਸਾਰੇ ਡਾਕੂਮੈਂਟੇਸ਼ਨ ਪਹਿਲਾਂ ਜਮਾ ਨਹੀਂ ਹੋਈ ਪੀ ਜਿਸ ਦਾ ਕਰਕੇ ਕੀ ਕਿਸੇ ਨੇ ਪਹਿਲਾਂ ਪ੍ਰੀ ਅਸਿਊਮ ਕਰਕੇ ਪਹਿਲਾਂ ਸਕ੍ਰੀਨ ਕਰਕੇ ਰੱਖਿਆ ਹੋਵੇ ਜੀ ਸੋ ਐਪਲੀਕੈਂਟ ਵਿੰਡੋ ਤੇ ਪਹੁੰਚਦਾ ਦੋ ਚਾਰ ਗੱਲਾਂ ਕਰਦੇ ਔਰ ਅਗਰ ਸਾਡੀ ਭਾਸ਼ਾ ਚ ਵੇਖਿਆ ਜਾਵੇ ਤਾਂ ਅਸੀਂ ਕਹਿੰਦੇ ਕਿ ਸਭ ਤੋਂ ਸੌਖੇ ਵੀਜ਼ਿਆਂ ਵਿੱਚੋਂ ਹੈ ਕਿਉਂਕਿ ਇਹ ਗੱਲਾਂ ਗੱਲੀਬਾਤੀ ਲਿਆ ਜਾਂਦਾ ਹੈ ਹਮ ਬਟ ਸਿਰਫ ਤੈਨੂੰ ਸਮਝ ਹੋਵੇ ਕਿ ਬੇਸਿਕਲੀ ਵੀ ਕਾਲ ਇਟ ਦਾ ਸਾਇੰਸ ਆਫ ਵੀਜ਼ਾ ਸਾਇੰਟਿਫਿਕ ਪ੍ਰੋਸੈਸ ਆ ਸਾਇੰਟਿਫਿਕ ਪ੍ਰोसीजर ਆ ਉਹ ਅਸਲ ਚ ਇਹਦੇ ਵਿੱਚ ਕੋਈ ਮਟੀਰੀਅਲਿਸਟਿਕ ਤਰੀਕਾ ਨਹੀਂ ਹੈਗਾ ਇਹ ਇੱਕ ਅਪਰੋਚ ਆ ਸੋ ਲੌਜੀਕਲ ਸਾਇੰਟਿਫਿਕ ਅਪਰੋਚ ਹੈ ਅਗਰ ਤੈਨੂੰ ਉਹਦੀ ਸਮਝ ਆ ਗਈ ਫਿਰ ਦੁਨੀਆ ਦੀ ਸਭ ਤੋਂ ਸੌਖੀ ਇੰਟਰਵਿਊ ਹੈ ਔਰ ਦੁਨੀਆ ਦੇ ਸਭ ਤੋਂ ਸੌਖੇ ਵੀਜ਼ਾ ਵਿੱਚੋਂ ਆ ਇਹ ਜੀ ਜਦੋਂ ਅਸੀਂ ਇੰਟਰਵਿਊ ਲਈ ਜਾਂਦੇ ਆ ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਕੀਤੇ ਜਾਂਦੇ ਨੇ ਵੀਜ਼ਾ ਆਫੀਸਰ ਦੇ ਵੱਲੋਂ ਸੋ ਪਹਿਲਾ ਸਵਾਲ ਕਈ ਵਾਰੀ ਇਹ ਪੁੱਛ ਲਿੰਦਾ ਕਿ ਤੁਸੀਂ ਕਿੱਥੇ ਜਾ ਰਹੇ ਹੋ ਆ ਦੇਖੋ ਆਬਵੀਅਸਲੀ ਸਾਡੇ ਸਟੂਡੈਂਟਸ ਜਾਂ ਸਾਡੇ ਜਿਹੜੇ ਟੂਰਿਸਟ ਆ ਉਹ ਬੇਸਿਕਲੀ ਇੱਥੇ ਸਟ੍ਰੱਕ ਹੋ ਜਾਂਦੇ ਕਈ ਵਾਰੀ ਤੁਸੀਂ ਵੇਖਿਆ ਹੋਣਾ ਕਿ ਐਪਲੀਕੈਂਟ ਜਾਂਦਾ ਵੀਜ਼ਾ ਆਫੀਸਰ ਦੇ ਕੋਲ ਅਤੇ ਉਹ ਬਹੁਤ ਸਾਰੇ ਆ ਕੇ ਕਹਿੰਦੇ ਜੇ ਉਹ ਪੁੱਛਦੇ ਕੁਛ ਨਹੀਂ ਜੀ ਉਹਨਾਂ ਨੇ ਪਹਿਲਾਂ ਹੀ ਮਨ ਬਣਾ ਰੱਖਿਆ ਸੀ ਜਿਉ ਵਿਜ਼ਾ ਆਫੀਸਰ ਤੇ ਪਹਿਲਾਂ ਲੜ ਲੁੜ ਕੇ ਆਇਆ ਕਿਤੇ ਉਹ ਜਦ ਪਹਿਲਾਂ ਹੀ ਕਿਸੇ ਨਾਲ ਖੱਪ ਕੇ ਬੈਠਾ ਜਾਂ ਘਰ ਕੋਈ ਉਹਦਾ ਮਸਲਾ ਹੋਊਗਾ ਵੀ ਸਾਡੀ ਤਾਂ ਸੁਣੀ ਨਹੀਂ ਉਹਨੇ ਸਾਨੂੰ ਤਾਂ ਪੁੱਛਿਆ ਕੁਛ ਨਹੀਂ ਸਾਨੂੰ ਤੋਰਤਾ ਬਟ ਬੜੇ ਕ੍ਰੂਸ਼ੀਅਲ ਸਵਾਲ ਨੇ ਜਿੱਦਾਂ ਬਿਕੋਜ਼ ਜਿੱਦਾਂ ਮੈਂ ਹੁਣੇ ਤੁਹਾਨੂੰ ਦੱਸਿਆ ਕਿ ਟੈਕਨੀਕਲੀ ਇਹ ਨੋ ਈਚ ਅਦਰ ਆ ਔਰ ਸਾਡੇ ਜਿੰਨੇ ਐਪਲੀਕੈਂਟਸ ਆ ਉਹ ਜਾਣਦੇ ਨੇ ਗਨ ਪੁਆਇੰਟ ਟ੍ਰਿਗਰ ਦੇ ਹਿਸਾਬ ਨਾਲ ਕਿ ਵੀਜ਼ਾ ਆਫੀਸਰ ਪੁੱਛੇਗਾ ਵੀ ਸੱਚ ਸੱਚ ਦੱਸ ਕੀ ਹੈ ਔਰ ਸਾਡੇ ਸਟੂਡੈਂਟ ਰੋਬੋਟਿਕ ਜਾਂ ਜਿਹੜੇ ਟੂਰਿਸਟ ਨੇ ਉਹ ਸਧਾਰਨ ਲੋਕ ਨੇ ਸੋ ਰੋਬੋਟਿਕ ਐਕਸਪ੍ਰੈਸ਼ਨਸ ਦੇ ਵਿੱਚ ਜਾ ਕੇ ਜਿਹੜੇ ਵੀਜ਼ਾਸ ਨੂੰ ਆਨਸਰ ਕਰਦੇ ਆ ਔਰ ਜਿਹਦਾ ਕਰਕੇ ਇਹ ਇੰਟਰਵਿਊ ਥੋੜੀ ਮੁਸ਼ਕਲ ਲੱਗਦੀ ਹੈ ਜੀ ਸੋ ਯੈਸ ਜਿੱਦਾਂ ਤੁਸੀਂ ਪਹਿਲਾਂ ਪੁੱਛਿਆ ਕਿ ਵੀਜ਼ਾ ਆਫੀਸਰ ਨੂੰ ਤੁਹਾਡੇ ਬਾਰੇ ਕੁਝ ਨਹੀਂ ਪਤਾ ਨਾ ਤੁਸੀਂ ਉਹਦੇ ਬਾਰੇ ਕੁਝ ਜਾਣਦੇ ਹੋ ਸੋ ਕਿਸੇ ਨਾ ਕੋਈ ਵੱਟ ਸਾਂਝੀ ਤਾਂ ਹੈ ਨਹੀਂ ਕਿ ਕਿਸੇ ਕਿਸ ਨੇ ਤੁਹਾਡੇ ਨਾਲ ਕੋਈ ਲਾਕਡਾਟ ਰੱਖਣੀ ਤੇ ਫਿਰ ਤੁਹਾਨੂੰ ਮਤਲਬ ਵੀਜ਼ੇ ਦੀ ਕੈਟਾਗਰੀ ਚ ਕੋਈ ਨਾ ਕੋਈ ਫੇਲ ਕਰੇ ਸੋ ਤੁਹਾਨੂੰ ਜਾਣਨ ਦੇ ਵਿੱਚ ਅਗਰ ਪਹਿਲੇ ਸਵਾਲਾਂ ਦੇ ਵਿੱਚੋਂ ਇਹ ਸ਼ੁਰੂਆਤੀ ਸਵਾਲ ਇਦਾਂ ਦਾ ਆਉਂਦਾ ਹੈ ਕਿ ਯਸ ਤੁਸੀਂ ਜਾ ਕਿੱਥੇ ਰਹੇ ਹੋ ਹਮ ਔਰ ਬਲੀਵ ਮੀ 90% ਲੋਕ ਇਹਦਾ ਜਵਾਬ ਦੇਣਗੇ ਜੀ ਅਮਰੀਕਾ ਜੀ ਔਰ ਇਹ ਗਲਤ ਜਵਾਬ ਨਹੀਂ ਬੇਸਿਕਲੀ ਇਹ ਫਲੈਟ ਆਨਸਰ ਆ ਔਰ ਇਹ ਇੱਕ ਵੇਗ ਆਨਸਰ ਆ ਔਰ ਵੇਗ ਦਾ ਮਤਲਬ ਹੈ ਕਿ ਇਹ ਥੋੜਾ ਧੁੰਦਲਾ ਆਨਸਰ ਹੈ ਬਿਕਾਜ਼ ਯੂ ਐਸ ਇਨਾ ਕੁ ਵੱਡਾ ਡੈਸਟੀਨੇਸ਼ਨ ਹੈ ਕਿ ਜਦੋਂ ਤੁਸੀਂ ਵੀਜ਼ਾ ਅਫੀਸਰ ਦੇ ਕੋਲ ਜਾ ਕੇ ਸਿੱਧੀ ਗੱਲ ਕਰੇ ਕਿ ਅਮਰੀਕਾ ਚੱਲੇ ਸੋ ਉੱਥੋਂ ਕੋਈ ਪਾਕਿਸਤਾਨ ਨੂੰ ਗੱਡੀ ਤੇ ਜਾਂਦੀ ਨਹੀਂ ਆ। ਜੀ। ਸੋ ਅਮਰੀਕਾ ਦੀ ਐਮਬੈਸੀ 'ਚ ਆਪਾਂ ਖੜੇ ਆ। ਸੋ ਵੀਜ਼ਾ ਆਫੀਸਰ ਦਾ ਬੇਸਿਕਲ ਜਾਣਣਾ ਇਹ ਹੁੰਦਾ ਕਿ ਤੁਹਾਡੀ ਕਿਉਰੀਓਸਟੀ, ਤੁਹਾਡਾ ਪਰਪਸ ਤੇ ਤੁਹਾਡਾ ਡੈਸਟੀਨੇਸ਼ਨ। ਸੋ ਡੈਸਟੀਨੇਸ਼ਨ ਤੋਂ ਭਾਵ ਆ ਕਿ ਤੁਹਾਡੀ ਕੋਈ ਸਟੇਟ, ਤੁਹਾਡਾ ਕੋਈ ਸਿਟੀ ਤੁਹਾਨੂੰ ਜਿਹੜਾ ਕਿ ਪਿੰ ਪੁਆਇੰਟ ਕਰਕੇ ਦਿਸਦਾ ਹੋਵੇ। ਜੀ। ਸੋ ਜਦੋਂ ਅਸੀਂ ਲਾਈਕ ਸ਼ਿਮਲਾ ਜਾ ਰਹੇ ਹਾਂ ਬਹੁਤ ਕਲੀਅਰਲੀ ਸਮਝ ਲੱਗਦੀ ਹੈ ਕਿ ਯੈਸ ਸ਼ਿਮਲੇ ਦੀ ਗੱਲ ਹੋ ਰਹੀ ਆ। ਸੋ ਵੈਨ ਯੂ ਕਾਲ ਇਟ ਇੰਡੀਆ ਜਾ ਰਹੇ ਆ। ਇੰਡੀਆ ਵੀ ਕੋਈ ਛੋਟਾ ਨਹੀਂ ਹੈ। ਜੀ। ਸੋ ਯੂ ਆਰ ਸੋ ਮੁਲਕ ਸੋ ਲੋਕਲ ਡੋਮੈਸਟਿਕ ਫਲਾਈਟ 8-8 ਘੰਟੇ ਦੀਆਂ 10-10 ਘੰਟੇ ਦੀਆਂ ਲੋਕਲ ਡੋਮੈਸਟਿਕ ਫਲਾਈਟਸ ਨੇ ਸੋ ਜਦੋਂ ਅਸੀਂ ਅੰਦਾਜ਼ੇ ਨਾਲ ਗੱਲ ਕਰਦੇ ਹਾਂ ਇਹਦਾ ਮਤਲਬ ਸਾਡੀ ਵੀਜ਼ਾ ਪ੍ਰਾਇੋਰਟੀ ਆ ਪਰਪਸ ਪ੍ਰਾਇੋਰਟੀ ਨਹੀਂ ਹੈ ਬਿਲਕੁਲ ਸੋ ਇਸ ਕਰਕੇ ਸਾਨੂੰ ਥੋੜਾ ਬਹੁਤ ਕੇਅਰਫੁਲ ਹੋ ਕੇ ਜਵਾਬ ਦੇਣੇ ਪੈਣਗੇ ਤੁਸੀਂ ਆਪੋ ਆਪਣਾ ਡੈਸਟੀਨੇਸ਼ਨ ਦੱਸੋ ਆਪੋ ਆਪਣਾ ਸਿਟੀ ਦੱਸੋ ਅਗਰ ਹੋਸ ਨਹੀਂ ਸਿਟੀ ਹੈਗਾ ਕਮ ਸੇ ਕਮ ਸਟੇਟ ਨੂੰ ਜ਼ਰੂਰ ਸਪੈਸੀਫਿਕਲੀ ਲੈ ਕੇ ਚੱਲੋ ਨਹੀਂ ਤੇ ਤੁਸੀਂ ਵੇਖੋਗੇ ਕਈ ਵਾਰੀ ਇਥੋਂ ਡੀਰੀਲੇਮੈਂਟ ਹੋ ਜਾਂਦੀ ਹੈ ਮਤਲਬ ਵੀਜ਼ਾ ਆਫੀਸਰਸ ਤੋਂ ਅੱਗੇ ਵਧਦਾ ਹੀ ਨਹੀਂ ਕਈ ਵੀਰ ਕੀ ਅੱਕੇ ਜੀ ਸਮਝ ਲੱਗ ਗਿਆ ਸੱਟਾ ਮਾਰਨਾ ਹੈ ਸੀ ਠੀਕ ਹੈ ਜੀ ਓਕੇ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸੋ ਇੱਥੋਂ ਸਾਨੂੰ ਲੱਗਦਾ ਕਿ ਸ਼ਾਇਦ ਸਾਡੀ ਸੁਣਵਾਈ ਨਹੀਂ ਹੋਈ ਹਾਂ ਸੋ ਔਰ ਜਿੰਨੇ ਵੀ ਇਸ ਇੰਟਰਵਿਊ ਦੇ ਬੇਸਿਕਲੀ ਸਭ ਨੂੰ ਲੱਗਦਾ ਹੈ ਕਿ ਇੰਟਰਵਿਊ ਦੇ ਕੋਈ ਸਪੈਸੀਫਿਕ ਫਾਰਮੈਟ ਹੈ ਸਰਾਸਰ ਗਲਤ ਹੈ ਜੀ ਇਸ ਇੰਟਰਵਿਊ ਦੇ ਡਰਾਈਵਰ ਤੁਸੀਂ ਖੋਦੋ ਸੋ ਤੁਸੀਂ ਡਿਸਾਈਡ ਕਰਦੇ ਹੋ ਕਿ ਤੁਹਾਡੇ ਕੋਲੋਂ ਕੀ ਪੁੱਛਿਆ ਜਾਵੇ ਬਿਲਕੁਲ ਬਿਕੋਜ਼ ਜੋ ਜੋ ਤੁਸੀਂ ਜਵਾਬ ਦੋਗੇ ਉਹ that is going to be the next question ਸੋ ਵੀਜ਼ਾ ਆਫੀਸਰ ਦੇ ਕੋਲ ਕੋਈ ਸਕ੍ਰਿਪਟ ਨਹੀਂ ਹੈ ਸੋ ਜੋ ਜੋ ਤੁਸੀਂ ਜਵਾਬ ਦੇ ਚੱਲੋਗੇ ਸੋ ਉਹ ਉਹ ਚੀਜ਼ਾਂ ਨੂੰ ਵੀਜ਼ਾ ਆਫੀਸਰ ਫਾਲੋ ਕਰੀ ਜਾਊਗਾ ਔਰ ਅਗਰ ਤੁਸੀਂ ਸੱਚ ਬੋਲੋਗੇ ਅਗਰ ਤੁਸੀਂ ਜਾਣਕਾਰੀ ਜਿੰਨੀ ਅਸਲੀ ਦੇ ਨੇੜੇ ਤੇੜੇ ਦੀ ਦੋਗੇ ਉਹਨੂੰ ਸੇਲ थ्रू ਹੋਣਾ ਬਹੁਤ ਸੌਖਾ ਆ ਔਰ ਅਗਰ ਤੁਸੀਂ ਮੈਨਿਪੂਲੇਸ਼ਨਸ ਵਿੱਚ ਪੈ ਰਹੇ ਹੋ ਉਹਨੂੰ ਸੰਭਾਲਣਾ ਮੁੜ ਕੇ ਬਹੁਤ ਔਖਾ ਆ ਔਰ ਅਸੀਂ ਅਕਸਰ ਵੇਖਿਆ ਕਈ ਲੋਕ ਅਸੀਂ ਸਿਰਫ ਨਾ ਜਿਨ੍ਹਾਂ ਨੂੰ ਵੀਜ਼ੇ ਮਿਲੇ ਉਹਨਾਂ ਦੀਆਂ ਗੱਲਾਂ ਜ਼ਿਆਦਾ ਕਰਦੇ ਆ ਕਿ ਉਹਨੂੰ ਪੁੱਛਿਆ ਕੁਝ ਨਹੀਂ ਉਹਨੂੰ ਵੀਜ਼ਾ ਇੰਟਰਵਿਊ ਚਲ ਗਿਆ ਤੁਸੀਂ ਸਿਰਫ ਇਹਨਾਂ ਅੰਦਾਜ਼ਾ ਲਾਓ ਕਿ ਜਿਨ੍ਹਾਂ ਦੇ ਵੀਜ਼ੇ ਹੋਏ ਆ ਉਹਨਾਂ ਨੂੰ ਕਿੰਨੇ ਕੁ ਲੰਮੇ ਚੌੜੇ ਸਵਾਲ ਪੁੱਛੇ ਆ 2000 ਅੱਖਰ ਪੁੱਛੇ ਆ ਵੀਜ਼ਾ ਦੇ ਦਿੱਤਾ ਹੈ ਜੀ ਸੋ ਹਾਲਾਂਕਿ ਉਹਨਾਂ ਤਦਾਦ ਇਹਨਾਂ ਤਦਾਦ ਨਾਲੋਂ ਅਲੱਗ ਹੈ ਇਹ ਘੱਟ ਤਦਾਦ ਹੈ ਰਿਫਿਊਜ਼ ਹੋਣ ਵਾਲੇ ਦੀ ਤਦਾਦ ਜ਼ਿਆਦੀ ਹੈ ਬਟ ਫਿਰ ਵੀ ਜਿਨ੍ਹਾਂ ਨੂੰ ਜਿਹੜੇ ਨੰਬਰਸ ਦੀ ਅਗਰ ਅਸੀਂ ਗੱਲ ਕਰੀਏ ਲੱਖ ਵੀਜ਼ਾ ਇੱਕ ਮਹੀਨੇ ਦੇ ਵਿੱਚ ਦੇ ਦੇਣਾ ਇੱਕ ਐਮਬੈਸੀ ਨੇ ਇਕੱਲੇ ਇੰਡੀਆ ਨੂੰ ਇਹ ਕੋਈ ਛੋਟਾ ਨੰਬਰ ਨਹੀਂ ਹੈ ਔਰ ਸਾਡੇ ਐਪਲੀਕੇਟੈਂਟਸ ਦੀ ਤਦਾਦ ਉਸ ਤੋਂ ਵੀ ਜ਼ਿਆਦੀ ਹੈ ਜਦੋਂ ਵੀਜ਼ਾ ਮਿਲਣ ਲੱਗਦਾ ਸੀ ਉਹਦੀ ਪ੍ਰਭਾਵ ਨਹੀਂ ਕਰਦਾ ਅਸੀਂ ਕਿ ਕੋਈ ਲਬੀਅਰ ਬੜਾ ਸੌਖਾ ਮਿਲੀ ਜਾਂਦਾ ਸੋ ਸਿੰਪਲ ਪ੍ਰੋਟੋਕੋਲਸ ਨੂੰ ਸਟ੍ਰਕ ਹੋ ਕੇ ਚੱਲੋ ਔਰ ਜੋ ਜੋ ਤੁਹਾਡੇ ਤੋਂ ਐਕਸਪੈਕਟੇਸ਼ਨ ਆ ਉਹ ਪ੍ਰੂਫ ਕਰੋ ਔਰ ਲੌਜੀਕਲੀ ਆਨਸਰ ਦਿਓ ਔਰ ਵੀਜ਼ਾ ਬਹੁਤ ਸੌਖਾ ਹੈ ਸੋ ਮੇਰੇ ਕੋਲ ਜੋ ਅੱਜ ਇੱਕ ਪੈਟਰਨ ਹੈਗਾ ਜੋ ਮੇਰੇ ਕੋਲ ਜੋ ਅੱਜ ਸਵਾਲ ਜਿਹੜੇ ਨੇ ਸਰ ਦੇ ਵੱਲੋਂ ਦਿੱਤੇ ਗਏ ਨੇ ਕਿ ਇੰਟਰਵਿਊ ਵਾਸਤੇ ਅਸੀਂ ਹਮੇਸ਼ਾ ਡਰਦੇ ਆ ਸੋ ਉਹਨਾਂ ਸਵਾਲਾਂ ਦੇ ਵਿੱਚ ਜਿਹੜੇ ਜਿਹੜੇ ਵੀ ਲੜੀਵਾਰ ਸਵਾਲ ਮੇਰੇ ਕੋਲ ਹੋਣਗੇ ਉਹਨਾਂ ਤੇ ਅਸੀਂ ਅੱਜ ਗੱਲਬਾਤ ਕਰਨੀ ਹੈ ਸੋ ਵੀਜ਼ਾ ਆਫੀਸਰ ਬੜੇ سارے ਸਵਾਲਾਂ ਦੇ ਵਿੱਚ ਸਾਨੂੰ ਉਲਝਾ ਦਿੰਦੇ ਨੇ ਅਸੀਂ ਉਲਝ ਜਾਂਦੇ ਆ ਭਾਵੇਂ ਕਿੰਨੀ ਵੀ ਤਿਆਰੀ ਕੀਤੀ ਹੁੰਦੀ ਹੈ ਸੋ ਸਾਨੂੰ ਪਤਾ ਨਹੀਂ ਲੱਗਦਾ ਅਸੀਂ ਜਵਾਬ ਕਿਸ ਤਰੀਕੇ ਦੇ ਨਾਲ ਦੇਣਾ ਹੈ ਉਹ ਸਾਰੀਆਂ ਗੱਲਾਂ ਅੱਜ ਅਸੀਂ ਇਸ ਕਲੀਅਰ ਕਰ ਲੈਣੀਆਂ ਇਸ ਇੰਟਰਵਿਊ ਦੇ ਵਿੱਚ ਇਸ ਗੱਲਬਾਤ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਸੋ ਕਾਲ ਕਈ ਵਾਰੀ ਇਹ ਵੀ ਹੋ ਜਾਂਦਾ ਹੈ ਕਿ ਤੁਸੀਂ ਉੱਥੇ ਜਾਣਾ ਕਿਹਦੇ ਕੋਲ ਹੈ ਤੇ ਅਸੀਂ ਉਲਝ ਜਾਂਦੇ ਹਾਂ ਹੁਣ ਕੀ ਕਹੀਏ ਸੋ ਉੱਥੇ ਕੀ ਆਬਵੀਅਸਲੀ ਦੇਖੋ ਜਿੱਦਾਂ ਅਸੀਂ ਵੀਜ਼ਾ ਆਫੀਸਰ ਦੇ ਸਾਹਮਣੇ ਗਏ ਵੀਜ਼ਾ ਆਫੀਸਰ ਨੇ ਤੁਹਾਨੂੰ ਪੁੱਛਿਆ ਕਿ ਕਿੱਥੇ ਜਾਣਾ ਚਾਹੁੰਦੇ ਹੋ ਤੁਸੀਂ ਪਾਰਟਿਕੂਲਰਲੀ ਸਿਆਣੀ ਹੋ ਕੇ ਕਿਸੇ ਪਾਰਟਿਕੂਲਰ ਜਗ੍ਹਾ ਦਾ ਨਾਮ ਲਿਆ ਸੋ ਆਬਵੀਅਸਲੀ ਇਸ ਇੰਟਰਵਿਊ ਦੇ ਡਰਾਈਵਰ ਤੁਸੀਂ ਹੋਗੇ ਤੁਸੀਂ ਇੰਟਰਵਿਊ ਨੂੰ ਡਰਾਈਵ ਕਰਨ ਲੱਗ ਗਏ ਸੋ ਤੁਸੀਂ ਬੋਲਿਆ ਕਿ ਮੈਂ ਕੈਲੀਫੋਰਨੀਆ ਜਾਣਾ ਮੈਂ ਟੈਕਸਾਸ ਜਾਣਾ ਮੈਂ ਨਿਊਯਾਰਕ ਜਾਣਾ ਸੋ ਤੁਸੀਂ ਜਿੱਦਾਂ ਹੀ ਜਗ੍ਹਾ ਦਾ ਨਾਮ ਬੋਲੋਗੇ ਵੀਜ਼ਾ ਆਫੀਸਰ ਨੂੰ ਫਾਲੋ ਕਰਨ ਫਾਲੋ ਕਰੇਗਾ ਕਿ ਹਾਂਜੀ ਫਿਰ ਉੱਥੇ ਰਹਿੰਦਾ ਕੌਣ ਹੈ ਰਾਈਟ ਹੁਣ ਅਗਰ ਤੁਹਾਡਾ ਕੋਈ ਸਗਾ ਸੰਬੰਧੀ ਉੱਥੇ ਰਹਿੰਦਾ ਤੇ ਦੈਨ ਇਟ ਇਜ਼ ਓਕੇ ਅਗਰ ਨਹੀਂ ਰਹਿੰਦਾ ਦੈਨ ਪੂਰੀ ਇੰਟਰਵਿਊ ਦੀ ਇਹ ਇਕਲੋਤੀ ਨਾ ਆ ਕਿ ਜਿਹੜੇ ਤੁਸੀਂ ਕਰ ਸਕਦੇ ਹੋ ਹਮ ਇਥੇ ਜਿੰਨੀ ਪੋਜ਼ਿਟਿਵਿਟੀ ਦਿਖਾਓਗੇ ਓਨਾ ਚੰਗਾ ਹੈ ਉਸ ਅਗਰ ਕੋਈ ਰਹਿੰਦਾ ਉੱਥੇ ਉਹਦੇ ਬਾਰੇ ਤੁਹਾਨੂੰ ਕੰਪਲੀਟ ਜਾਣਕਾਰੀ ਹੋਵੇ ਕਦੋਂ ਗਏ ਸੀ ਕਿੱਥੇ ਗਏ ਸੀ ਕਿਦਾਂ ਉਹਨਾਂ ਦਾ ਕੇਸ ਚੱਲਿਆ ਕਿਹੜਾ ਕਿਹੜਾ ਉਹਨਾਂ ਕੋਲ ਵੀਜ਼ਾ ਸੀ ਕਿਸ ਤਰੀਕੇ ਨਾਲ ਅਮਰੀਕਾ ਚ ਐਂਟਰ ਹੋਏ ਸੀ ਰਾਈਟ ਸੋ ਐਸਟ ਇਲਿਗਲ ਸਟੇਟਸ ਉਹਨਾਂ ਦਾ ਕੀ ਹੈ ਸੋ ਫਿਰ ਤੁਸੀਂ ਇਹਨਾਂ ਚੀਜ਼ਾਂ 'ਚ ਉਲਝ ਸਕਦੇ ਹੋ ਤੁਸੀਂ ਕਹੋ ਕਿ ਉਹਨਾਂ ਕੋਲ ਸਾਰੀ ਜਾਣਕਾਰੀ ਸੀ ਸੋ ਵੀਜ਼ਾ ਆਫੀਸਰ ਦੇ ਕੋਲ ਕਿਸੇ ਦੇ ਕੋਲ ਵੀ ਜਿਹੜੀ ਪ੍ਰੀਵੀਅਸ ਲਾਈਕ ਐਪਲੀਕੈਂਟ ਆ ਉਹਦੀ ਜਾਣਕਾਰੀ ਘੱਟ ਨਹੀਂ ਉਹ ਮਤਲਬ ਇੰਟਰਵਿਊ ਦੇ ਦੌਰਾਨ ਨਹੀਂ ਹੁੰਦੀ ਹਾਲਾਂਕਿ ਚਾਹਣ ਤੇ ਉਹ ਐਕਸੈਸ ਕਰ ਸਕਦੇ ਬਟ ਜਨਰਲੀ ਇੰਟਰਵਿਊ ਦੇ ਵਿੱਚ ਐਕਸੈਸ ਨਹੀਂ ਕਰਦੇ ਜੀ ਵੀਜ਼ਾ ਆਫੀਸਰਸ ਟ੍ਰੇਨਡ ਪ੍ਰੋਫੈਸ਼ਨਲਸ ਨੇ ਜਿਨ੍ਹਾਂ ਦਾ ਕੰਮ ਸਿਰਫ ਇਹ ਜਾਣਨਾ ਹੈ ਕਿ ਤੁਸੀਂ ਸੱਚ ਬੋਲਦੇ ਹੋ ਕਿ ਝੂਠ ਬੋਲਦੇ ਹੋ ਹਾਂ ਸੋ ਜਿੰਨੀ ਵੀ ਤੁਸੀਂ ਇੰਟਰਵਿਊ ਦੀ ਗੱਲਬਾਤ ਕਰ ਰਹੇ ਹੋ ਉਹਦੇ ਚ ਇਹ ਫੜਨ ਨੂੰ ਤਿਆਰ ਨਹੀਂ ਹੋ ਕਿ ਤੁਸੀਂ ਕਦੋਂ ਝੂਠ ਬੋਲਿਆ ਹਾਂ ਸੋ ਜਦੋਂ ਤੁਸੀਂ ਝੂਠ ਬੋਲਿਆ ਤੁਸੀਂ ਉਦੋਂ ਤਰੇ ਜਾੜਾ ਜੀ ਸੋ ਇਹ ਤੁਹਾਨੂੰ ਇਸ ਚੀਜ਼ ਦੇ ਉੱਪਰ ਕੰਮ ਕਰਨਾ ਹੈ ਕਿ ਜਾਂ ਚੀਜ਼ ਸੱਚ ਹੋਵੇ ਜਾਂ ਤੁਸੀਂ ਉਹਦਾ ਅਨੁਭਵ ਕੀਤਾ ਹੋਵੇ ਜਾਂ ਤੁਹਾਨੂੰ ਉਹਦੇ ਬਾਰੇ ਕੰਪਲੀਟ ਜਾਣਕਾਰੀ ਹੋਵੇ ਹੂੰ ਹੂੰ ਇਸ ਤੋਂ ਇਲਾਵਾ ਅਗਰ ਤੁਸੀਂ ਮੈਨੀਪੂਲੇਸ਼ਨ ਬਾਰੋਂਗੇ ਤੇ ਫਿਰ ਇਹਦੇ ਚ ਦੁਚਿੱਤੀ 'ਚ ਫਸੋਗੇ ਜੀ ਕਿਉਂਕਿ ਅਸੀਂ ਹਮੇਸ਼ਾ ਹੀ ਜਦੋਂ ਵੀ ਅਜਾਣੇ ਆ ਇੰਟਰਵਿਊ ਵਾਸਤੇ ਅਸੀਂ ਆਪਣੇ ਆਪ ਨੂੰ ਪੂਰਾ ਤਿਆਰ ਕਰਕੇ ਤਾਂ ਜਾਂਦੇ ਆ ਪਰ ਜਦੋਂ ਬਹੁਤ ਸਾਰੇ ਸਵਾਲ ਉਲਝਣਾਂ ਦੇ ਵਿੱਚ ਸਾਨੂੰ ਜਿਹੜਾ ਵੀਜ਼ਾ ਆਫੀਸਰ ਆ ਪਾ ਦਿੰਦਾ ਸਾਨੂੰ ਪਤਾ ਨਹੀਂ ਹੁੰਦਾ ਜਿਹੜੀ ਜਾਣਕਾਰੀ ਹੈ ਸਾਨੂੰ ਪਤਾ ਨਹੀਂ ਹੁੰਦੀ ਉਸੇ ਉਹਦੇ ਬਾਰੇ ਬੋਲਣ ਲੱਗਦੇ ਆ ਤੇ ਗਲਤਮੁਲਤ ਬੋਲ ਜਾਂਦੇ ਆ ਜਾਂ ਜ਼ੁਬਾਨ ਥਥਲਾ ਜਾਂਦੀ ਹੈ ਸਾਡੀ ਤੋ ਉਸੇ ਟਾਈਮ ਪਤਾ ਲੱਗ ਜਾਂਦਾ ਫਿਰ ਇਹ ਵੀ ਪੁੱਛ ਲਿਆ ਜਾਂਦਾ ਕਿ ਤੁਸੀਂ ਇੱਥੇ ਕੀ ਕੰਮ ਕਰਦੇ ਹੋ हां देखो जो ਤੁਸੀਂ ਹੁਣੇ ਦੱਸਿਆ ਇਹ ਬੇਸਿਕਲੀ ਇਹਨੂੰ ਅਸੀਂ ਕੱਲਾ ਇਸ ਇੰਟਰਵਿਊ ਦੇ ਵਿੱਚ ਨਹੀਂ ਉਹ ਹਰ ਇੱਕ ਇੰਟਰਵਿਊ ਦੇ ਵਿੱਚ ਲਾਜਿਕ ਹੈ ਹੂੰ ਜਿਹੜਾ ਅੱਖਰ ਜਦੋਂ ਤੁਹਾਡੀ ਜ਼ੁਬਾਨ ਚੋਂ ਬਾਹਰ ਡਿੱਗਦਾ ਹੈ ਅਗਰ ਤੁਹਾਡੀ ਬੋਡੀ ਤੁਹਾਡਾ ਸਰੀਰ ਤੁਹਾਡੀ ਆਤਮਾ ਤੁਹਾਡੇ ਚਿਹਰੇ ਦੇ ਹਾਵ ਭਾਵ ਤੁਹਾਡੀਆਂ ਅੱਖਾਂ ਸੋ ਜਦੋਂ ਤੁਹਾਡੀ ਪੂਰੀ ਬੋਡੀ ਲੈਂਗੁਏਜ ਇਹਨੂੰ ਪਿੱਛੋਂ ਸਪੋਰਟ ਕਰਦੀ ਆ ਜੀ ਇਹ ਗੱਲ ਸੱਚ ਹੈ ਹੂੰ ਔਰ ਅਗਰ ਤੁਹਾਡੇ ਚਿਹਰੇ ਦੇ ਹਾਵ ਭਾਵ ਕੁਝ ਕਹਿੰਦੇ ਔਰ ਤੁਸੀਂ ਕੁਝ ਕਹਿੰਦੇ ਹੋ ਔਰ ਜਦੋਂ ਉਹੋ ਜੀ ਸਿਚੁਏਸ਼ਨ ਆ ਇਹ ਗੱਲ ਝੂਠ ਆ ਜੀ ਔਰ ਮੈਂ ਫਿਰ ਦੱਸਿਆ ਸੀ ਵੀਜ਼ਾ ਆਫੀਸਰ ਦਾ ਬੇਸਿਕ ਕੰਮ ਹੈ ਸੱਚ ਤੇ ਝੂਠ ਦੇ ਵਿੱਚ ਫਰਕ ਲਾਉਣਾ ਆ ਹਮ ਸੋ ਵੀਜ਼ਾ ਆਫੀਸਰ ਜੋ ਤੁਸੀਂ ਬੋਲਦੇ ਹੋ ਤੇ ਯਕੀਨ ਕਰਦੇ ਆ ਬਟ ਤੁਸੀਂ ਉੱਤੇ ਕਿੰਨਾ ਕੁ ਯਕੀਨ ਕੀਤਾ ਆ ਹਮ ਹਮ ਸੋ ਸਟੋਰੀ ਇਹ ਆ ਕਿ ਤੁਹਾਡੀ ਖੁਦ ਹੀ ਬਾਡੀ ਲੈਂਗੁਏਜ ਤੁਸੀਂ ਖੁਦ ਮਤਲਬ ਥਿਰਕ ਗਏ ਹੋ ਕਿਸੇ ਚੀਜ਼ ਤੋਂ ਯੈਸ ਉਹ ਗੁਨਾਹ ਹੈ ਹਮ ਔਰ ਜਦੋਂ ਵੀ ਅਸੀਂ ਕੋਈ ਵੀਜ਼ਾ ਹਾਸਲ ਕਰਦੇ ਆ ਉਹਦੇ ਪਿੱਛੇ ਟੈਕਨੀਕਲੀ ਦੋ ਚੀਜ਼ਾਂ ਨੇ ਸੋ ਵੀ ਕਾਲ ਇਟ ਸੋਸ਼ਲ ਟਾਈਸ ਐਂਡ ਇਕਨੋਮਿਕ ਟਾਈਸ ਸੋਸ਼ਲ ਟਾਈਜ਼ ਤੋਂ ਭਾਵ ਆ ਕਿ ਤੁਸੀਂ ਆਪਣੇ ਮੁਲਕ ਜਿਹੜੇ ਮੁਲਕ ਰਹਿੰਦੇ ਹੋ ਸੋ ਤੁਸੀਂ ਉਥੇ ਕਿੰਨਾ ਕੁ ਇੰਪੋਰਟੈਂਟ ਹੋ ਸੋਸ਼ਲ ਲਾਈਫ ਤੁਹਾਡੀ ਕਿੰਨੀ ਸਟਰੋਂਗ ਹੈ ਸੋ ਤੁਹਾਡੀ ਬਿਲੋਂਗਿੰਗਨੈਸ ਤੁਹਾਡੀਆਂ ਫੈਮਲੀਆਂ ਤੁਹਾਡੀਆਂ ਫਰੈਂਡ ਸਰਕਲ ਤੁਹਾਡੇ ਤੁਹਾਡੇ ਪਰਿਵਾਰ ਸੋ ਤੁਹਾਡੇ ਕੰਮ ਕਰ ਇਹ ਸਾਰੀਆਂ ਤੁਹਾਡੀਆਂ ਸੋਸ਼ਲ ਟਾਈਜ਼ ਦਾ ਇੱਕ ਰੂਪ ਆ ਦੂਸਰੀ ਚੀਜ਼ ਆ ਵੀ ਕਾਲ ਇਟ ਇਕਨੋਮਿਕ ਟਾਈਜ਼ ਇਕਨੋਮਿਕ ਟਾਈਜ਼ ਦਾ ਮਤਲਬ ਹੈ ਕਿ ਤੁਸੀਂ ਜਿਸ ਸਮਾਜ ਚ ਰਹਿੰਦੇ ਹੋ ਉਥੇ ਪੈਸੇ ਬਣਾਉਣ ਦਾ ਫਾਰਮੂਲਾ ਤੁਹਾਡੇ ਕੋਲ ਕਿੰਨਾ ਕੁ ਆਟੋਮੈਟਿਕ ਆ ਸੋ ਇਹ ਦੋ ਚੀਜ਼ਾਂ ਹਰ ਇੱਕ ਨੇ ਜਾਣਣੀਆਂ ਨੇ ਵੀਜ਼ਾ ਆਫੀਸਰ ਦਾ ਬੇਸਿਕ ਕੰਮ ਸਿਰਫ ਇਹ ਹੈ ਕਿ ਤੁਸੀਂ ਸਾਹਮਣੇ ਆਇਓ ਕਿ ਯਾਰ ਤੁਸੀਂ ਸਾਡੇ ਮੁਲਕ ਨੂੰ ਪੈਸੇ ਦੇਵੋਗੇ ਕਿ ਸਾਡੇ ਕੋਲ ਪੈਸੇ ਲੈ ਕੇ ਜਾਣੇ ਆ ਸੋ ਅਗਰ ਦੇਣ ਆਇਓ ਤਾਂ ਤੁਸੀਂ ਵੈਲਕਮ ਹੋ ਅਗਰ ਲੈਣ ਆਇਓ ਤਾਂ ਭਾਜੀ ਇੰਨੀ ਬਹੁਤ ਔਖਾ ਆ ਜੀ ਸੋ ਇਹ ਚ ਪੈਸਾ ਕਿੱਥੋਂ ਆ ਗਿਆ ਨਫਾ ਨੁਕਸਾਨ ਕਿੱਥੋਂ ਆ ਗਿਆ ਅਸੀਂ ਸ਼ੁਰੂ ਚ ਇੱਕ ਸ਼ਿਮਲੇ ਦਾ ਨਾਮ ਲਿਆ ਸੀ ਤੁਸੀਂ ਸੋਚੋ ਸ਼ਿਮਲੇ ਦੀ ਇਨਕਮ ਕਿੱਥੋਂ ਆਉਂਦੀ ਆ ਸ਼ਿਮਲੇ ਦੀ ਆਮਦਨ ਅਸੀਂ ਸ਼ਿਮਲਾ ਜਾਣਦੇ ਆ ਅਸੀਂ ਤਦ ਤੱਕ ਸ਼ਿਮਲਾ ਨਹੀਂ ਛੱਡਦੇ ਜਦ ਤੱਕ ਸਾਡੀਆਂ ਜੇਬਾਂ ਖਾਲੀ ਨਹੀਂ ਹੁੰਦੀਆਂ ਸਾਡੇ ਕੋ ਕੱਲਾ ਆਉਣ ਦਾ ਕਿਰਾਇਆ ਨਹੀਂ ਬਚਦਾ ਸੋ ਟੈਕਨੀਕਲੀ ਕੀ ਹੋ ਰਿਹਾ ਕਿ ਤੁਸੀਂ ਪੰਜਾਬ ਤੋਂ ਪੈਸਾ ਚੱਕਿਆ ਤੁਸੀਂ ਜਾ ਕੇ ਸ਼ਿਮਲਾ ਢੇਰੀ ਕਰਤਾ ਹੁਣ ਜਿਹੜਾ ਪੈਸਾ ਸ਼ਿਮਲੇ ਚ ਜਾ ਕੇ ਢੇਰੀ ਕੀਤਾ ਇਹਦੀ ਡਿਸਟ੍ਰੀਬਿਊਸ਼ਨ ਲੋਕਲਸ ਵਿੱਚ ਹੋਏਗੀ ਬਿਲਕੁਲ ਤੁਸੀਂ ਲੱਕੜ ਬਿਆਰ ਗਏ ਤੁਸੀਂ ਕਿਤੇ ਸੌਫਟੀ ਖਾਧੀ ਤੁਸੀਂ ਕਿਤੇ ਕੋਕ ਪੀਤਾ ਤੁਸੀਂ ਕਿਤੇ ਟੋਪੀ ਲਈ ਤੁਸੀਂ ਕਿਤੇ ਲੱਕੜ ਦੇ ਖੜਾਉਣੇ ਲਈ ਜੋ ਕੁਝ ਵੀ ਲਿਆ ਹੂੰ ਹੂੰ ਸੋ ਇਹਦੇ ਨਾਲ ਪੈਸਾ ਲੋਕਾਂ ਦੇ ਵਿੱਚ ਜਾ ਰਿਹਾ ਜਿਸ ਦੇ ਨਾਲ ਕਿ ਸ਼ਿਮਲੇ ਦੇ ਲੋਕ ਅਮੀਰ ਹੋ ਰਹੇ ਆ ਇਹ ਫਾਰਮੂਲਾ ਪੂਰੀ ਦੁਨੀਆ ਝਾਣਦੀ ਹੈ ਹੂੰ ਸਿਰਫ ਇਸ ਫਾਰਮੂਲੇ ਦੇ ਸਿਰ ਤੇ ਪੂਰੀ ਦੁਨੀਆ ਦੇ ਮੁਲਕ థਾਈਲੈਂਡ ਮਲੇਸ਼ੀਆ ਸਿੰਗਾਪੁਰ ਇੰਡੋਨੇਸ਼ੀਆ ਹਾਂਗਕਾਂਗ ਦੁਬਈ ਮੋਰੀਸ਼ੀਅਸ ਦੋਹਾ ਕਤਰ ਹੁਣ ਪਤਾ ਨਹੀਂ ਕਿੰਨੇ ਕੁ ਮੁਲਕੇ ਇਸ ਲਾਈਨ ਦੇ ਵਿੱਚ ਆ ਗਏ ਹੂੰ ਜਿਹੜੇ ਰਾਤੋ ਰਾਤ ਬੁਝੇ ਹੋਏ ਸੀ ਜਗਣ ਲੱਗ ਗਏ ਇਨ ਉਹ ਸਿਰ ਟੂਰਿਜ਼ਮ ਦੀ ਤਾਕਤ ਕਹਿੰਨੇ ਆ ਸੋ ਟੂਰਿਜ਼ਮ ਦੀ ਤਾਕਤ ਹੈ ਜਿਹੜੀ ਵੀਜ਼ਾ ਲੈ ਕੇ ਦਿੰਦੀ ਹੈ ਹਮ ਸੋ ਅਗਰ ਤੁਸੀਂ ਇਹ ਪ੍ਰੂਫ ਕਰ ਰਹੇ ਹੋ ਕਿ ਮੈਂ ਪੈਸੇ ਖਰਚਣ ਆ ਰਿਹਾ ਵੈਲਕਮ ਹੈ ਜੀ ਅਗਰ ਪ੍ਰੂਵ ਇਹ ਹੋ ਰਿਹਾ ਕਿ ਤੁਸੀਂ ਪੈਸੇ ਖਰਚਣ ਨਹੀਂ ਆਏ ਬਲਕਿ ਇੱਥੇ ਆ ਕੇ ਕੰਮ ਕਰੋਂਗੇ ਤੇ ਪੈਸੇ ਚੱਕ ਕੇ ਵਾਪਸ ਭੇਜੋਂਗੇ ਹਮ ਹਮ ਇਹ ਤਾਂ ਗੁਨਾਹ ਹੋ ਗਿਆ ਜੀ ਸੋ ਹਰ ਐਪਲੀਕੇਸ਼ਨ ਚ ਪ੍ਰੂਫ ਕਰਨੀ ਆ ਉਹਨੂੰ ਅਸੀਂ ਬੋਲਦੇ ਸਰਮਾਇਦਾਰੀ ਸੋ ਹਰ ਇੱਕ ਚੀਜ਼ ਦੇ ਉੱਪਰ ਲਾਈਕ ਦੋ ਐਂਗਲ ਹੋ ਸਕਦੇ ਆ ਵੀਜ਼ਾਸ ਦੇ ਪਿੱਛੇ ਇੱਕੋ ਇੱਕ ਐਂਗਲ ਉਹਨੂੰ ਸਰਮਾਇਦਾਰੀ ਕਿਹਾ ਜਾਂਦਾ ਜੀ ਸੋ ਇੱਥੇ ਕੋਈ ਦਇਆ ਭਾਵਨਾ ਨਹੀਂ ਹੁੰਦੀ ਇੱਥੇ ਕੋਈ ਨਹੀਂ ਕਹਿੰਦਾ ਕਿ ਬਾਬਾ ਜੀ ਤੁਹਾਡੇ ਨਿਆਣਿਆਂ ਦੇ ਘਰੋਂ ਕੱਢਤਾ ਤੇ ਤੁਹਾਡੇ ਕੋਲ ਚਾਰ ਪੈਸੇ ਹੈ ਨਹੀਂ ਚਲੋ ਤੁਹਾਨੂੰ ਵੀਜ਼ਾ ਦੇ ਦਿੰਦੇ ਤੁਹਾਡੀ ਜ਼ਿੰਦਗੀ ਸੌਖੀ ਹੋ ਜੇ ਇਹ ਚੀਜ਼ਾਂ ਤਾਂ ਤੁਹਾਨੂੰ ਸੁਣਨ ਨੂੰ ਨਹੀਂ ਮਿਲਦੀਆਂ ਇਹ ਸੈਵਨ ਸਟਾਰ ਹੋਟਲ ਦੀ ਐਂਟਰੀ ਹੈ ਕਿ ਅਗਰ ਸਰਮਾਇਦਾਰ ਹੋ ਅਗਰ ਸੂਖਦਾਰ ਹੋ ਤਾਂ ਹੀ ਵੈਲਕਮ ਬਿਲਕੁਲ ਨਹੀਂ ਤਾਂ ਮੋਦੀ ਸਾਹਿਬ ਦਾ ਵੀ ਵੀਜ਼ਾ ਰਿਜੈਕਟ ਕਰਤਾ ਸੀ ਸੀਮ ਨੂੰ ਵੀਜ਼ਾ ਲੈਣਾ ਮੁਸ਼ਕਲ ਨਹੀਂ ਹੁੰਦਾ ਬਟ ਉਹਦੇ ਪਿੱਛੇ ਖੈਰ ਹੋਰ ਕਾਰਨ ਸੀ ਬਟ ਅਲਟੀਮੇਟਲੀ ਦੱਸਣ ਦਾ ਮਤਲਬ ਇਹ ਹੈ ਕਿ ਤੁਸੀਂ ਸੋਸ਼ਲ ਤੇ ਇਕਨੋਮਿਕ ਟਾਈਜ਼ ਅਗਰ ਪ੍ਰੂਵ ਨਹੀਂ ਕਰਦੇ ਤੇ ਫਿਰ ਵੀਜ਼ਾ ਲੈਣਾ ਮੁਸ਼ਕਲ ਹੈ ਇਹਨੂੰ ਇੱਕ ਸੋਸ਼ਲ ਐਕਸਪੈਰੀਮੈਂਟ ਆ ਛੋਟਾ ਜਿਹਾ ਜਿਸ ਤਰੀਕੇ ਨਾਲ ਲੜਕੀਆਂ ਦਾ ਵਿਆਹ ਹੁੰਦਾ ਲੜਕੇ ਲੜਕੀਆਂ ਦਾ ਇੰਡੀਆ ਚ ਆਪਣੇ ਪੰਜਾਬ ਚ ਵਿਆਹ ਹੁੰਦਾ ਹੈ ਬੱਚੇ ਬੱਚੀਆਂ ਦਾ ਦੋ ਪਰਿਵਾਰ ਜ਼ਿੰਦਗੀ ਚ ਪਹਿਲੀ ਵਾਰ ਹੀ ਮਿਲਦੇ ਆ ਬਿਲਕੁਲ ਔਰ ਜਿਸ ਤਰੀਕੇ ਨਾਲ ਤੁਸੀਂ ਦੂਸਰੇ ਪਰਿਵਾਰ ਨੂੰ ਤੁਸੀਂ ਦੂਸਰੇ ਪਰਿਵਾਰ ਨੂੰ ਬੈਲੈਂਸ ਸ਼ੀਟਾਂ ਵੇਖ ਕੇ ਨਹੀਂ ਜਾਣਦੇ ਤੁਸੀਂ ਦੂਸਰੇ ਪਰਿਵਾਰ ਨੂੰ ਉਹਨਾਂ ਦੀ ਮੈਂ ਨਹੀਂ ਕਹਿੰਦੇ ਕਿ ਲਿਓ ਪਹਿਲਾਂ ਫਰਜ਼ਾਂ ਘਟਾ ਕੇ ਵੇਖਿਓ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੁਸੀਂ ਇੱਕ ਸੋਸ਼ਲ ਤਰੀਕੇ ਨਾਲ ਕੰਮਕਾਰ ਕਰਦੇ ਹੋ ਕਾਕਾ ਜੀ ਕੀ ਕੰਮਕਾਰ ਕਰਦੇ ਆ ਜੋ ਕਾਕਾ ਜੀ ਦਾ ਕੰਮਕਾਰ ਆ ਤੁਸੀਂ ਉਥੋਂ ਦੀ ਸਮਾਜਿਕ ਹਸੀਅਤ ਦਾ ਅੰਦਾਜ਼ਾ ਲਾ ਦੋਗੇ ਇਸ ਫਾਰਮੂਲੇ ਤੇ ਇਹ ਅਮਰੀਕਾ ਦੀ ਐਮਬੈਸੀ ਕੰਮ ਕਰਦੀ ਹੈ ਸੋ ਤਾਂ ਇਹ ਸਵਾਲ ਹੁੰਦਾ ਤੁਹਾਡੇ ਕੋਲ ਕਿ ਤੁਸੀਂ ਕੰਮਕਾਰ ਕੀ ਕਰਦੇ ਹੋ ਜੀ ਸੋ ਜਿਹੜਾ ਵੀ ਕੰਮਕਾਰ ਕਰਦੇ ਹੋ ਉਹਦੇ ਵਿੱਚ ਪੈਸਾ ਤੁਹਾਡੇ ਕੋਲ ਆਟੋਮੈਟਿਕਲੀ ਫਲੋ ਹੁੰਦਾ ਦਿਸੇ ਤੁਸੀਂ ਸਰਮਾਇਦਰ ਦਿਸੋ ਤੁਹਾਡੇ ਕੋਲ ਜਾਣ ਲਈ ਪੈਸਾ ਹੋਵੇ ਇਹ ਬੇਸਿਕ ਜ਼ਰੂਰਤਾਂ ਨੇ ਇਹ ਸਿੱਧ ਕਰੋਗੇ yes definitely ਵੀਜ਼ਾ ਮਿਲੇਗਾ ਜਿਵੇਂ ਅਸੀਂ ਗੱਲ ਕੀਤੀ ਹੈ ਕਿ ਜੇ ਅਸੀਂ ਉੱਥੇ ਜਾ ਰਹੇ ਹਾਂ ਨਾ ਅਸੀਂ ਉੱਥੇ ਐਜ਼ ਅ ਟੂਰਿਸਟ ਜਾ ਰਹੇ ਹਾਂ ਸੋ ਜਦੋਂ ਅਸੀਂ ਜਾਵਾਂਗੇ ਉੱਥੇ ਪੈਸਾ ਖਰਚਾਂਗੇ ਸਾਡੇ ਕੋਲ ਪੈਸਾ ਹੋਣਾ ਵੀ ਜ਼ਰੂਰੀ ਹੈ ਕਈ ਵਾਰ ਇਹ ਸਿੱਧਾ ਸਵਾਲ ਹੀ ਪੁੱਛ ਲਿਆ ਜਾਂਦਾ ਕਿ ਤੁਹਾਡੀ ਇੱਥੇ ਇਨਕਮ ਕਿੰਨੀ ਹੈ ਫਿਰ ਉਸ ਨੂੰ ਕਿਵੇਂ ਲੈਣਾ ਚਾਹੀਦਾ ਦੇਖੋ ਇਨਕਮ ਤੁਹਾਡੇ ਕੋਲ ਜਿਹੜੀ ਆ ਉਹ ਸੌਖੀ ਹੋਣੀ ਚਾਹੀਦੀ ਹੈ ਬਿਕਾਜ਼ ਤੁਸੀਂ ਇੱਥੇ ਇਨਕਮ ਟੈਕਸ ਪੁਆਇੰਟ ਆਫ 뷰 ਤੋਂ ਨਾ ਵੇਖੋ ਔਰ ਇਸ ਐਮਬੈਸੀ ਨੂੰ ਜਿਹੜੀ ਜਦੋਂ ਤੁਸੀਂ ਦੱਸਦੇ ਵੀ ਹੋ ਉਦੋਂ ਡਰ ਕੇ ਨਾ ਦੱਸੋ ਹੂੰ ਜੋ ਤੁਹਾਡੀ ਪ੍ਰੈਜ਼ੈਂਟ ਇਨਕਮ ਆ ਉਹ ਦੱਸੋ ਪਿਛਲਾ ਸਾਲ ਕੋਵਿਡ ਦਾ ਲੰਘ ਗਿਆ ਅਗਰ ਤੁਹਾਡੀ ਇਨਕਮ ਨਹੀਂ ਹੋਈ ਕੋਈ ਦਿੱਕਤ ਨਹੀਂ ਤੁਸੀਂ ਇਸ ਸਾਲ ਦੀ ਇਨਕਮ ਦੱਸੋ ਜੀ ਤੁਸੀਂ ਸਪੋਜ਼ ਕਰੋ ਤੁਹਾਨੂੰ ਹੋਣੀ ਚਾਰ ਕੰਟਰੈਕਟ ਮਿਲੇ ਆ ਤੁਸੀਂ ਠੇਕੇਦਾਰ ਤੁਸੀਂ ਚਾਰ ਕੁੱਟੀਆਂ ਬਣਾਉਣੀ ਸ਼ੁਰੂ ਕੀਤੀਆਂ ਤੇ ਨਾਲ ਤੁਸੀਂ ਸੇਲ ਕਰ ਲੀਆਂ ਸੋ ਤੁਸੀਂ ਹੁਣ ਦੀ ਆਮਦਨ ਦੱਸਣੀ ਆ ਔਰ ਇੰਡੀਅਨ ਗਵਰਨਮੈਂਟ ਨੂੰ ਕਦੋਂ ਦੱਸਣੀ ਆ ਅਗਲੇ ਸਾਲ ਜੀ ਸੋ ਜਿਹੜੀ ਟੈਕਸੇਸ਼ਨ ਆ ਜਿਹੜੀਆਂ ਬਾਕੀ ਪੂਰੀਆਂ ਐਮਬੈਸੀਜ਼ ਟੈਕਸੇਸ਼ਨ ਤੋਂ ਤੁਹਾਡਾ ਹਿਸਾਬ ਲਾਉਂਦੀਆਂ ਤੇ ਤੁਹਾਡੀ ਇਨਕਮ ਟੈਕਸ ਰਿਟਰਨ ਤੋਂ ਹਿਸਾਬ ਲਾਉਂਦੀਆਂ ਹਮ ਯੂਐਸ ਐਮਬੈਸੀ ਤੁਹਾਡੀ ਪ੍ਰੈਜ਼ੈਂ ਸੋ ਅਗਰ ਤੁਹਾਡੀ ਪ੍ਰੈਜ਼ੀਡੈਂਟ ਇਨਕਮ ਓਕੇ ਆ ਅਗਰ ਤੁਸੀਂ ਪੈਸਾ ਕਮਾ ਰਹੇ ਹੋ ਵੈਰੀ ਗੁੱਡ ਔਰ ਇਥੇ ਤੁਹਾਨੂੰ ਉਹਦੇ ਲਈ ਡਾਕੂਮੈਂਟਰੀ ਐਵੀਡੈਂਸ ਨਹੀਂ ਹੈਗਾ ਤਾਂ ਵੀ ਓਕੇ ਆ ਬਿਕੋਜ਼ ਤੁਸੀਂ ਉਹਦਾ ਡਾਕੂਮੈਂਟਰੀ ਐਵੀਡੈਂਸ ਤੁਹਾਨੂੰ ਨੈਕਸਟ ਈਅਰ ਮਿਲਣਾ ਹੈ ਸੋ ਬਹੁਤ ਸਾਰੇ ਐਸਾਈਲਮ ਦੇ ਕੇਸ ਬਹੁਤ ਸਾਰੇ ਜਿਹੜੇ ਪਟੀਸ਼ਨ ਦੇ ਕੇਸ ਤੁਸੀਂ ਵੇਖੋ ਉਹਦੇ ਵਿੱਚ ਲਾਈਕ ਮੈਂ ਹੁਣ ਵੀ ਇਮੀਗ੍ਰੇਸ਼ਨ ਕੇਸ ਇੱਕ ਸਵੇਰੇ ਸਬਮਿਟ ਕੀਤਾ 2018 ਦੀਆਂ ਜਦੋਂ ਉਹਨਾਂ ਨੇ ਕੇਸ ਫਾਈਲ ਕੀਤਾ ਆ ਉਦੋਂ ਦੀਆਂ ਹੀ ਇਨਕਮ ਟੈਕਸ ਰਿਟਰਨਸ ਮੰਗਦੇ ਆ ਹੁਣ ਦੀਆਂ ਨਹੀਂ ਮੰਗਦੇ ਸੋ ਜਿਸ ਟਾਈਮ ਦੀ ਗੱਲ ਹੈ ਉਹ ਉਸ ਉਦੋਂ ਦੀ ਸਟੋਰੀ ਹੈ ਸੋ ਇਸ ਕਰਕੇ ਇੱਥੇ ਤੁਸੀਂ ਆਪਣੀ ਅੱਜ ਦੀ ਆਮਦਨ ਦੱਸਣੀ ਆ ਉਹਨੂੰ ਜਿਸ ਤਰੀਕੇ ਨਾਲ ਤੁਸੀਂ ਮੈਨੇਜ ਕਰ ਸਕਦੇ ਹੋ ਹੈਂਡਲ ਕਰ ਸਕਦੇ ਹੋ ਉਹ ਦੱਸ ਸਕਦੇ ਹੋ ਸੋ ਉੱਥੇ ਜਾਣ ਦੇ ਲਈ ਸਾਨੂੰ ਪ੍ਰੋਪਰ ਪਲਾਨ ਕਰਨਾ ਪੈਂਦਾ ਸੋ ਕਈ ਵਾਰੀ ਸਵਾਲ ਸਾਡਾ ਇਹ ਵੀ ਆ ਜਾਂਦਾ ਸਾਡੇ ਅੱਗੇ ਕਿ ਯੂ ਐਸਏ ਜਾਣ ਦਾ ਪਲਾਨ ਕੀ ਹੈ ਸਾਨੂੰ ਪਤਾ ਹੀ ਨਹੀਂ ਹੁੰਦਾ ਅਸੀਂ ਕੀ ਦੱਸਣਾ ਫਸਟ ਟਾਈਮ ਅਸੀਂ ਉਲਝ ਜਾਂਦੇ ਹਾਂ ਕੀ ਕਰਨਾ ਚਾਹੀਦਾ ਉਸ ਨੂੰ ਆਪ ਬੇਸਿਕਲੀ ਬਹੁਤ ਸਾਰੇ ਲੋਕ ਜਦੋਂ ਅਮਰੀਕਾ ਦਾ ਨਾਮ ਲੈਂਦੇ ਅਸੀਂ ਅਸਲ ਸਾਡੇ ਦਿਮਾਗ 'ਚ ਕੱਲੇ ਡਾਲਰ ਆਉਂਦੇ ਆ ਵੀਜ਼ਾਸ ਆਉਂਦੇ ਆ 5 ਸਾਲ ਆਉਂਦਾ 10 ਸਾਲ ਆਉਂਦਾ ਸਾਨੂੰ ਵੀਜ਼ਾ ਇਸ ਤਰੀਕੇ ਨਾਲ ਦਿਸਦਾ ਆ ਸੋ ਸਾਨੂੰ ਅਸੀਂ ਜਗ੍ਹਾ ਨੂੰ ਵਿਜੂਅਲਾਈਜ਼ ਨਹੀਂ ਕਰਦੇ ਸੋ ਜਦੋਂ ਅਸੀਂ ਜਗ੍ਹਾ ਨ ਟੂਰਿਜ਼ਮ ਹੈਗੀ ਆ ਇੱਕ ਜਗ੍ਹਾ ਦੇ ਨਾਲ ਸੋਹਣੇ ਪੰਦੇ ਨਾਲ ਸੁੰਦਰਤਾ ਦੇ ਨਾਲ ਨੇਚਰ ਦੇ ਨਾਲ ਸੋ ਤੁਸੀਂ ਸ਼ਿਮਲੇ ਦਾ ਨਾਮ ਲੈਂਦੇ ਹੋ ਸ਼ਿਮਲੇ ਦਾ ਨਾਮ ਲੈਂਦੇ ਹੀ ਤੈਨੂੰ ਠੰਡਕ ਦਾ ਅਹਿਸਾਸ ਹੁੰਦਾ ਆ ਹੂੰ ਤੈਨੂੰ ਫੀਲਿੰਗ ਆਉਂਦੀ ਕਿ ਵਾਕਿਆ ਹੀ ਉੱਥੇ ਕੁਝ ਮਤਲਬ ਕੁਝ 4 ਦਿਨ ਚੱਲ ਠੰਡ ਦੇ ਹੋਣਗੇ ਹਾਂਜੀ ਸੋ ਜਦੋਂ ਤੁਸੀਂ ਯੂਐਸ ਦਾ ਨਾਮ ਲੈਂਦੇ ਹੋ ਤੈਨੂੰ ਵਿਜੂਅਲਾਈਜੇਸ਼ਨ ਨਹੀਂ ਹੈਗੀ ਸੋ ਤੁਸੀਂ ਕਿਸੇ ਟੂਰਿਜ਼ਮ ਸਾਈਟ ਤੇ ਜਾ ਕੇ ਨਹੀਂ ਵੇਖਿਆ ਕਿ ਉੱਥੇ ਵੇਖਣ ਨੂੰ ਕੀ ਆ ਹੂੰ ਸੋ ਤੁਹਾਡੇ ਕੋ ਭਾਵੇਂ ਪੁੱਛਿਆ ਨਹੀਂ ਜਾਂਦਾ ਬਟ ਸਟਿਲ ਤੁਹਾਡੀ ਬਾਡੀ ਲੈਂਗੁਏਜ ਇਹ ਦੱਸ ਦੱਸਣ ਦੇ ਕਾਬਿਲ ਹੋਵੇ ਕਿ ਤੁਸੀਂ ਉੱਥੇ ਜਾ ਕੇ ਤੁਹਾਡਾ ਪਰਪਸ ਕੀ ਆ ਹੌਲੀਡੇਂਗ ਪਰਪਸ ਆ ਤੇ ਕਿੱਥੇ ਕਿੱਥੇ ਰਹੋਗੇ ਕੀ ਕੀ ਕਰੋਗੇ ਕੀ ਚੀਜ਼ਾਂ ਵੇਖਣ ਨੂੰ ਨੇ ਹਾਂ ਸੋ ਅਗਰ ਉਥੋਂ ਦੀ ਕੋਈ ਟੂਰਿਜ਼ਮ ਇੰਪੋਰਟੈਂਸ ਵਾਲੀਆਂ ਚੀਜ਼ਾਂ ਨੇ ਤੁਹਾਨੂੰ ਉਥੋਂ ਦੀ ਜਾਣਕਾਰੀ ਹੋਣੀ ਚਾਹੀਦੀ ਆ ਬਿਕਾਜ਼ ਉਹ ਤੁਹਾਡੇ ਚਿਹਰੇ ਦੇ ਉੱਪਰ ਇੱਕ ਐਸਾ ਐਸਾ ਅਲਿਕ ਜਿਹਨੂੰ ਅਸੀਂ ਕਹਿੰਦੇ ਕਿ ਪੋਜ਼ਿਟਿਵਿਟੀ ਲੈ ਕੇ ਆਏਗੀ ਕਿ ਜਿਹੜੀ ਵੀਜ਼ਾ ਲੈਣ ਨੂੰ ਬਹੁਤ ਆਸਾਨ ਕਰ ਦੇਗੀ ਜੀ ਸੋ ਇਹ ਗੱਲਬਾਤੀ ਵੀਜ਼ਾ ਮੈਂ ਬਾਰ-ਬਾਰ ਕਹਿ ਰਿਹਾ ਸਿਰਫ ਗੱਲਾਂ ਬਾਤਾਂ ਦੀ ਤੁਹਾਨੂੰ ਸਮਝ ਕੀ ਹੋਣੀ ਚਾਹੀਦੀ ਹੈ ਕਿ ਵੀਜ਼ਾ ਆਫੀਸਰ ਇਹ ਸੋਚ ਰਿਹਾ ਕਿ ਤੁਸੀਂ ਸੱਤ ਸਮੁੰਦਰ ਪਾਰ ਕਰਕੇ ਇੱਥੇ ਆ ਰਹੇ ਹੋ ਵੇਖਣ ਕੀ ਆ ਰਹੇ ਹੋ ਓਤ ਜੀ ਆ ਕੇ ਵੇਖਾਂਗੇ ਹੂੰ ਇਦਾਂ ਨਾ ਹੋਵੇ ਜੀ ਸੋ ਤੁਸੀਂ ਤਾਜਮਹਿਲ ਵੀ ਜਾਂਦੇ ਹੋ ਆਗਰੇ ਵੀ ਜਾਂਦੇ ਹੋ ਤੈਨੂੰ ਤਾਜਮਹਿਲ ਦਿਮਾਗ 'ਚ ਲੈ ਕੇ ਜਾਂਦੇ ਹੋ ਤੁਸੀਂ ਸੋ ਕੋਈ ਨਾ ਕੋਈ ਪਿਕਚਰ ਇਨਬिल्ਟ ਆ ਜਿਹਦਾ ਕਰਕੇ ਤੁਸੀਂ ਜਾਂਦੇ ਹੋ ਅਮਰੀਕਾ ਦੇ ਵਿੱਚ ਵੀਜ਼ਾ ਅਪਲਾਈ ਕਰਨ ਲੱਗੇ ਸਾਡੇ ਕੱਲੇ ਡਾਲਰ ਦਾ ਪ੍ਰਿੰਟ ਬਣਿਆ ਆ ਸਾਡੇ ਕੱਲੇ ਵੀਜ਼ੇ ਦਾ ਪ੍ਰਿੰਟ ਬਣਿਆ ਆ ਸੋ ਸਾਨੂੰ ਸੁਭਾਅ ਨੂੰ ਉਸ ਮੁਤਾਬਕ ਚੇਂਜ ਕਰਨਾ ਆ ਵੀਜ਼ਾ ਆਊਗਾ ਸੋ ਕਈ ਵਾਰੀ ਖਾਲੀ ਹੁੰਦਾ ਪਾਸਪੋਰਟ ਕੋਈ ਸਟੈਂਪ ਨਹੀਂ ਲੱਗੀ ਹੁੰਦੀ ਸਵਾਲ ਕਰ ਲਿਆ ਜਾਂਦਾ ਵੀਜ਼ਾ ਆਫੀਸਰ ਦੇ ਵੱਲੋਂ ਕਿ ਪਹਿਲਾਂ ਕਿਤੇ ਗਏ ਹੋ ਕਿਸ ਤਰ੍ਹਾਂ ਲਈਏ ਇਹ ਬਹੁਤ ਇੰਪੋਰਟੈਂਟ ਆ ਬਿਕਾਜ਼ ਵੀਜ਼ਾ ਆਫੀਸਰ ਤੁਹਾਨੂੰ ਪੁੱਛ ਰਿਹਾ ਕਿ ਪਹਿਲਾਂ ਕਿਤੇ ਘੁੰਮਣ ਗਏ ਹੋ ਹੂੰ ਸਾਨੂੰ ਸੁਣ ਰਿਹਾ ਪਹਿਲਾਂ ਇੰਡੀਆ ਤੋਂ ਬਾਹਰ ਕਿਤੇ ਘੁੰਮਣ ਗਏ ਹੋ ਦੁਬਾਰਾ ਸੁਣੋ ਤੁਹਾਨੂੰ ਪੁੱਛਿਆ ਇਹ ਗਿਆ ਕਿ ਪਹਿਲਾਂ ਕਿਤੇ ਘੁੰਮਣ ਫਿਰਨ ਗਏ ਹੋ ਹੂੰ ਅਸੀਂ ਸੁਣਿਆ ਕਿ ਇੰਡੀਆ ਤੋਂ ਬਾਹਰ ਕਿਤੇ ਘੁੰਮਣ ਗਏ ਹੋ ਇਹ ਸਾਡੀ ਕਿਉਂਕਿ ਅਜੰਪਸ਼ਨ ਆ ਕਿ ਨਹੀਂ ਨਹੀਂ ਇਹ ਸਿਰਫ ਉਹੀ ਪੁੱਛਦੇ ਹੋਣੇ ਆ ਹੂੰ ਸੋ ਵੀਜ਼ਾ ਆਫੀਸਰ ਬੇਸਿਕਲੀ ਇਸ ਸਵਾਲ ਲਈ ਜਾਣਨਾ ਇਹ ਚਾਹੁੰਦਾ ਹੁੰਦਾ ਕਿ ਤੁਹਾਨੂੰ ਪੈਸੇ ਖਰਚਣ ਦੀ ਆਦਤ ਹੈਗੀ ਆ ਜੀ ਕਿ 10000 ਰੁਪਏ ਚ ਕਮਰਾ ਕਰਾਈ ਤੇ ਲਿਆ ਆ ਕਦੀ ਕਦੀ ਹੌਲੀਡੇਂਗ ਕੀਤੀ ਆ ਕਿ ਕੱਲੀ ਅਮਰੀਕਾ ਜਾ ਕੇ ਹੌਲੀਡੇਂਗ ਆਉਣੀ ਆ ਸੋ ਹਰ ਬੰਦਾ ਇਹਨੂੰ ਪੁੱਠੇ ਤਰੀਕੇ ਨਾਲ ਸੋਚਦਾ ਆ ਕਿ ਉਹਨਾਂ ਨੇ ਕਿਹਾ ਜੀ ਪਹਿਲਾਂ ਛੋਟੇ ਮੁਲਕ ਘੁੰਮ ਕੇ ਆਓ ਇਹ ਕਹਿ ਨਹੀਂ ਸਕਦੇ ਹੋ ਆਈ ਬੈਟ ਔਨ ਇਟ ਕਿ ਨਹੀਂ ਬੋਲ ਦੇਦਾ ਹਾਂ ਬਟ ਸਟਿਲ ਮੈਨੂੰ ਲੱਗਦਾ ਜੀ ਇਹੀ ਕਿਹਾ ਸੋ ਜਦੋਂ ਮੈਂ ਮੈਂ ਮਤਲਬ ਮੈਂ ਮੈਂ ਹਜ਼ਾਰਾਂ ਇੰਟਰਵਿਊਜ਼ ਦੇ ਬੇਸ ਦੇ ਉੱਪਰ ਤੁਹਾਡੇ ਨਾਲ ਇਹ ਲਾਈਕ ਡਿਸਕਸ਼ਨਸ ਕਰ ਰਿਹਾ ਹਾਂ ਇੱਕ ਨੂੰ ਵੀ ਅਜੇ ਤੱਕ ਇਹ ਨਹੀਂ ਕਿਹਾ ਕਿ ਪਹਿਲਾਂ ਕਿਤੇ ਘੁੰਮ ਕੇ ਆਓ ਸਧਾਰਨ ਸਵਾਲ ਹੁੰਦਾ ਕਿ ਪਹਿਲਾਂ ਕਿਤੇ ਕੋ ਮਣੇ ਫਿਰਨ ਗਏ ਹੋ ਔਰ ਸਾਨੂੰ ਸੁਣਦਾ ਕਿ ਪਹਿਲਾਂ ਬਾਹਰ ਕਿਤੇ ਗਏ ਹੋ ਅਸੀਂ ਕਹਿੰਨੇ ਨਹੀਂ ਜਿਨੀ ਇਹ ਪਾਪ ਨਹੀਂ ਕੀਤਾ ਸੋ ਜਦੋਂ ਤੱਕ ਤੁਸੀਂ ਅਫੋਰਡੇਬਿਲਟੀ ਨਹੀਂ ਦਿਖਾਉਂਦੇ ਜਦੋਂ ਤੱਕ ਤੁਸੀਂ ਆਪਣਾ ਲੇਅਰ ਆਪਣਾ ਟੂਰਿਜ਼ਮ ਆਪਣਾ ਹੌਲੀਡੇਂਗ ਦੇ ਤੁਹਾਡੀ ਚਾਹਤ ਉਹ ਨਹੀਂ ਦਿਖਾਉਂਦੇ ਤੇ ਇਹ ਕਿਦਾਂ ਮੰਨਿਆ ਜਾਊਗਾ ਕਿ ਤੁਸੀਂ ਲਾਈਫ ਚ ਪਹਿਲੀ ਵਾਰੀ ਹੌਲੀਡੇਂਗ ਕਰਨੀ ਉਹ ਵੀ ਇੱਥੋਂ ਦੀ ਕਰਨੀ ਹੈ ਜੀ ਸੋ ਯੂਐਸ ਮੈਂ ਲੱਖਾਂ ਵੀਜ਼ੇ ਮਤਲਬ ਐਸੇ ਜਾਣਦਾ ਹਜ਼ਾਰਾਂ ਵੀਜ਼ੇ ਅਸੀਂ ਖੁਦ ਲਏ ਹੋਏ ਆ ਜਿਨ੍ਹਾਂ ਦੇ ਵਿੱਚ ਵਿਦਆਊਟ ਟਰੈਵਲ ਹਿਸਟਰੀਜ਼ ਵੀਜ਼ਾਸ ਨੇ ਹੂੰ ਕੋਈ ਟਰੈਵਲ ਹਿਸਟਰੀ ਨਹੀਂ ਪਹਿਲੀ ਵਾਰੀ ਤੁਸੀਂ ਅੰਬੈਸੀ ਗਏ ਹੋ ਪਹਿਲੀ ਵਾਰੀ ਵੀਜ਼ਾ ਆ ਸੋ ਇਸ ਅੰਬੈਸੀ ਨੂੰ ਤੁਹਾਡੀ ਟਰੈਵਲ ਹਿਸਟਰੀ ਨਾਲ ਕੋਈ ਮਤਲਬ ਨਹੀਂ ਹੈ ਪਰ ਤੁਹਾਡੇ ਪੈਸੇ ਨਾਲ ਮਤਲਬ ਹੈਗਾ ਸੋ ਅਗਰ ਤੁਹਾਡੇ ਪੈਸੇ ਖਰਚਣ ਦੀ ਆਦਤ ਹੈਗੀ ਆ ਸੋ ਉਹ ਜਿਹੜੀ ਹੈ ਉਹ ਤੁਹਾਨੂੰ ਲਾਈਕ ਹੌਲੀਡਿੰਗ ਤੁਸੀਂ ਪਹਿਲਾਂ ਕਿਤੇ ਕੀਤੀ ਆ ਉਹ ਤੁਹਾਨੂੰ ਵੀਜ਼ਾ ਹੈਲਪ ਕਰਦੀ ਆ ਅਗਰ ਤੁਸੀਂ ਨਹੀਂ ਬੋਲਦੇ ਤੁਹਾਡੇ ਪਾਸਪੋਰਟ ਦੀ ਟਰੈਵਲ ਹਿਸਟਰੀ ਅਗਰ ਹੈਗੀ ਆ ਉਹ ਵੀ ਹੈਲਪ ਕਰਦੀ ਆ ਜੀ ਆਈ ਸੇ ਕਿ ਅਗਰ ਪਾਸਪੋਰਟ ਤੇ ਕਿਤੇ ਪਹਿਲਾਂ ਟਰੈਵਲ ਕੀ ਕੀਤੇ ਹੋ ਉਹ ਤਾਂ ਹੈਲਪ ਕਰੇਗਾ ਕਰੇਗਾ ਅਗਰ ਨਹੀਂ ਵੀ ਕੀਤੇ ਤੁਸੀਂ ਦੱਸੋ ਕਿ ਮੈਂ ਇੰਡੀਆ ਕੋ ਮੈਂ ਬਹੁਤ ਸਾਰਾ ਇੱਥੇ ਸੈਰ ਸਪਾਟਾ ਕਰਦਾ ਮੇਰਾ ਕਾਰੋਬਾਰ ਸੈਰ ਸਪਾਟੇ ਵਾਲਾ ਵੀਜ਼ਾ ਤਾਂ ਵੀ ਮਿਲੇਗਾ ਜੀ ਸੋ ਕਈ ਵਾਰੀ ਜਿਹੜਾ ਹੈ ਸਾਡੇ ਪਰਿਵਾਰ ਦੀ ਜਾਣਕਾਰੀ ਜਿਹੜੀ ਹੈ ਉਸ ਦੇ ਬਾਰੇ ਵਿੱਚ ਵੀ ਉਹ ਲੈਣਾ ਚਾਹੁੰਦੇ ਨੇ ਕਿ ਪਰਿਵਾਰ ਦੇ ਵਿੱਚ ਹੈ ਕੌਣ ਤੇ ਉਹਦੇ ਵਿੱਚ ਵੀ ਅਸੀਂ ਕਈ ਵਾਰੀ ਸੋਚਣ ਲੱਗ ਜਾਂਦੇ ਨੇ ਕੀ ਦੱਸੀਏ ਜੀ ਜੀ ਉਹ ਅਸਲ 'ਚ ਕੀ ਹੈ ਕਿ ਉਹ ਤਾਂ ਮਨਸ਼ਾ ਉੱਥੇ ਜਾਣਨ ਦੀ ਇਹ ਹੈ ਕਿ ਤੁਹਾਡੇ ਕੋਲੋਂ ਇਹ ਜਾਣਨ ਦੀ ਮਨਸ਼ਾ ਆ ਕੀ ਤੁਹਾਡੀਆਂ ਪਿੱਛੇ ਸੋਸ਼ਲ ਟਾਈਜ਼ ਹੈਗੀਆਂ ਕਿ ਨਹੀਂ ਹੈਗੀਆਂ ਤੁਹਾਡੀ ਬਿਲੋਂਗਿੰਗਨੈਸ ਕਿਤੇ ਹੈਗੀ ਕਿ ਨਹੀਂ ਹੈਗੀ ਤੁਹਾਡੇ ਮੁੜਨ ਦੇ ਕਾਰਨ ਹੈਗੇ ਕਿ ਨਹੀਂ ਹੈਗੇ ਹੂੰ ਸੋ ਅਗਰ ਤੁਹਾਡਾ ਪਿੱਛੇ ਕਾਰੋਬਾਰ ਆ ਅਗਰ ਤੁਹਾਡੇ ਪਿੱਛੇ ਪਰਿਵਾਰ ਆ ਅਗਰ ਤੁਹਾਡੇ ਫਰੈਂਡਸ ਔਰ ਫੈਮਿਲੀਜ਼ ਆ ਜਿੰਨੀ ਸੋਸ਼ਲ ਇੰਪੋਰਟੈਂਸ ਤੁਸੀਂ ਆਪਣੇ ਆਪ ਨੂੰ ਦੋਹੋਂਗੇ ਓਨਾ ਹੀ ਵੀਜ਼ਾ ਸੌਖਾ ਆ ਜੀ ਸੋ ਜਿੰਨਾ ਕਹੋਗੇ ਕਿ ਮੇਰੇ ਸਾਰੇ ਬੱਚੇ ਬਾਹਰ ਨੇ ਮਈਓ ਕੱਲੀ ਮਮੀ ਘੁੰਮਣ ਚੱਲਦੀਆਂ ਨਾ ਕਦੀ ਨਹੀਂ ਜੀ ਸੋ ਤੁਹਾਨੂੰ ਇਹ ਦੱਸਣਾ ਪਊਗਾ ਕਿ ਮੇਰੀ ਸਾਰੀ ਦੁਨੀਆ ਇੱਥੇ ਹੀ ਆ ਮੇਰਾ ਇੱਥੋਂ ਬਿਨਾ ਨਹੀਂ ਸਰਦਾ ਸੋ ਮੇਰਾ ਇੱਥੇ ਆਉਣਾ ਇਸ ਕਰਕੇ ਲਾਜ਼ਮੀ ਆ ਸੋ ਵੀਜ਼ਾ ਬੜੇ ਆਰਾਮ ਨਾਲ ਮਿਲੇਗਾ ਸੋ ਸਾਨੂੰ ਸਿਰਫ ਜਦਨ ਸ਼ਰਤਾਂ ਸਮਝ ਲੱਗੀਆਂ ਉਸ ਦਿਨ ਵੀਜ਼ਾ ਸੌਕੇ ਜੀ ਪਰਿਵਾਰ ਦੇ ਬਾਰੇ ਅਸੀਂ ਜਾਣਕਾਰੀ ਦੇ ਦਿੰਨੇ ਆ ਵੀ ਸਾਡੇ ਪਿੱਛੇ ਪਰਿਵਾਰ ਫੈਮਿਲੀ ਮੈਂਬਰਸ ਹੈਗੇ ਨੇ ਫਿਰ ਉਹ ਇਹ ਵੀ ਪੁੱਛ ਸਕਦੇ ਨੇ ਕਿ ਤੁਹਾਡਾ ਇੱਥੇ ਕੰਮਕਾਰ ਕੌਣ ਸੰਭਾਲੂਗਾ ਫੇਰ ਕੀ ਕਹਿਣਾ ਚਾਹੀਦਾ ਆ ਦੇਖੋ ਇਹ ਇਥੋਂ ਇਕਨੋਮਿਕਟਾਈਜ਼ ਦਾ ਮਸਲਾ ਸ਼ੁਰੂ ਹੋ ਗਿਆ ਇਕਨੋਮਿਕਟਾਈਜ਼ ਦਾ ਮਤਲਬ ਹੈ ਕਿ ਮੈਂ ਕਹਿਣਾ ਜੀ ਮੈਂ ਚੱਲਿਆ ਘੁੰਮਣ ਮੈਂ ਨਿਆਣਿਆਂ ਦੇ ਮਾਮੇ ਨੂੰ ਕਹਿ ਚੱਲਿਆ ਵੀ ਉਹ ਚਾਰ ਦਿਨ ਇੱਥੇ ਬੈਠ ਕੇ ਪਹਿਰਾ ਦੇਊਗਾ ਇਹ ਗਲਤ ਆ ਜੀ ਸੋ ਇਹ ਲੀਅਰ ਆ ਹੌਲੀਡੇਇੰਗ ਯੂ ਆਰ ਗੋਇੰਗ ਵਿਦ ਅ ਸਮਾਈਲ ਕਿਸੇ ਨੂੰ ਬਨ ਕੇ ਨਹੀਂ ਜਾ ਰਹੇ ਸੋ ਤੁਸੀਂ ਇਹ ਦੱਸ ਰਹੇ ਹੋ ਕਿ ਜਿਹੜਾ ਮੇਰਾ ਕਾਰੋਬਾਰ ਆ ਉਹ ਆਟੋ ਪਾਇਲਟ ਆ ਉਹ ਆਲਰੇਡੀ ਆਪਣੇ ਆਪ ਚੱਲਦਾ ਆ ਸੋ ਅਗਰ ਮੇਰਾ ਆਟੋ ਪਾਇਲਟ ਕਾਮ ਆਂਦ ਮੇਰੀ ਅਫੋਰਡੇਬਿਲਟੀ ਹੋਰ ਸੌਖੀ ਹੋਗੀ ਅਗਰ ਮੈਂ ਬਾਹਰ ਜਾ ਰਿਆਂ ਮੇਰਾ ਪੈਸਾ ਇਥੇ ਆਲਰੇਡੀ ਬਣ ਰਿਆ ਇਹ ਹੋਰ ਅਫੋਰਡੇਬਿਲਟੀ ਹੋਗੀ ਔਰ ਅਗਰ ਲੱਗ ਰਿਹਾ ਕਿ ਮੇਰ ਕੋ ਇਥੇ ਕਾਰੋਬਾਰ ਵੀ ਬੰਦ ਕਰਨੇ ਜਾ ਕਰਕੇ ਜਾਣ ਪੈ ਰਿਆ ਮੇਰ ਕੋ ਜਿਹੜੇ ਜੇਬ ਚ 4 ਰੁਪਈਓ ਮਨਾਲ ਲੈ ਚੱਲਿਆਂ ਤੇ ਉਥੇ ਜਾ ਕੇ ਮੇਰ ਕੋ ਪੈਸੇ ਮੁੱਕ ਜਾਣੇ ਆ ਤਾਂ ਵਾਪਸ ਮੈਨੂੰ ਭੱਜਣਾ ਤਾਂ ਪੈਣਾ ਮੈਂ ਇਥੇ ਪਾ ਕੇ ਪੈਸੇ ਕਮਾਉਂਗਾ ਉਥੇ ਇਹ ਅਸਿਊਮ ਕੀਤਾ ਜਾਂਦਾ ਕਿ ਪੈਸੇ ਕਮਾਉਣ ਦੀ ਮੌਕੇ ਉਥੇ ਸੌਖੇ ਆ ਸੋ ਆਲਟੀਮੇਟਲੀ ਪ੍ਰੂਵ ਇਹ ਕਰਨਾ ਕਿ ਤੁਹਾਡੇ ਕੋਲ ਸਰਮਾਇਦ ਔਰ ਅਫੋਰਡੇਬਿਲਟੀ ਹੈਗੀ ਆ ਤੁਸੀਂ ਸੌਖੇ ਪੈਸੇ ਖਰਚ ਸਕਦੇ ਹੋ ਵੀਜ਼ਾ ਆਰਾਮ ਨਾਲ ਮਿਲੇਗਾ ਕਈ ਵਾਰੀ ਅਸੀਂ ਕੱਲਿਆਂ ਨੇ ਵੀਜ਼ਾ ਲਵਾਉਣਾ ਹੁੰਦਾ ਹੈ ਫੈਮਲੀ ਨੂੰ ਨਹੀਂ ਲੈ ਕੇ ਜਾ ਰਹੇ ਆਪਾਂ ਨਾਲ ਤੇ ਕਈ ਵਾਰੀ ਉਹ ਐਵੇਂ ਪੁੱਛ ਲੈਂਦੇ ਆ ਕਿ ਤੁਹਾਡੀ ਫੈਮਲੀ ਕਿਉਂ ਨਹੀਂ ਜਾ ਰਹੀ ਜਾਂ ਵਾਈਫ ਬੱਚੇ ਉਹ ਕਿਉਂ ਨਹੀਂ ਜਾ ਰਹੇ ਫਿਰ ਕੀ ਜਵਾਬ ਦੇਣਾ ਬੰਦਾ ਅਲਟੀਮੇਟਲੀ ਇਹ ਥੋੜਾ ਟ੍ਰਿੱਕੀ ਹੈ ਬਿਕੋਜ਼ ਕਈ ਵਾਰੀ ਬਿਕੋਜ਼ ਸਾਡਾ ਸਮਾਜ ਜਿਹੜਾ ਆ ਉਹ ਲਾਈਕ ਮੈਨ ਹੁੱਡ ਦੇ ਉੱਪਰ ਲਾਈਕ ਜਿਆਦਾ ਮੈਨ ਡੋਮੀਨੇਟਿਡ ਆ ਸੋ ਨਾਰਮਲੀ ਜਿਹੜੇ ਇੰਡੀਵਿਜੂਅਲ ਬੰਦੇ ਜਾਂਦੇ ਆ ਜਦੋਂ ਐਮਬੈਸੀਸ ਉਹ ਅਲਟੀਮੇਟਲੀ ਪ੍ਰੂਵ ਇਹ ਕਰਦੇ ਆ ਕਿ ਨਹੀਂ ਜੀ ਨਹੀਂ ਮੈਂ ਘੁਮ ਕੇ ਆਉਂਗਾ ਤੇ ਫਿਰ ਮੈਂ ਨਾ ਅਗਲੀ ਵਾਰੀ ਵੇਖੂਗਾ ਉਹਨਾਂ ਦਾ ਠੀਕ ਆ ਜਾਣਾ ਕਿ ਨਹੀਂ ਸੋ ਅਲਟੀਮੇਟਲੀ ਵਾਟ ਵੀ ਟ੍ਰਾਈ ਟੂ ਸੇ ਇਜ਼ ਅਸੀਂ ਇਹ ਸਿੱਧ ਕਰ ਰਹੇ ਆ ਅੰਬੈਸੀ ਦੇ ਵਿੱਚ ਜਾ ਕੇ ਕਿ ਮौज-ਮਸਤੀ ਕਰਨ ਦਾ ਹੱਕ ਤਾਂ ਇਕੱਲਾ ਬੰਦਿਆਂ ਨੂੰ ਆ ਸੋ ਸਾਡੇ ਪਰਿਵਾਰ 'ਚ ਮौज-ਮਸਤੀ ਵਾਲਾ ਇਹ ਜਿਹੜਾ ਹੱਕ ਆ ਇਹ ਇਕੱਲਾ ਇਸ ਟਾਈਮ ਮੇਰੇ ਕੋਲ ਸੋ ਇ ਨੈਗੇਟਿਵ ਸੋ ਅਲਟੀਮੇਟਲੀ ਵੀ ਨੀਡ ਟੂ ਕ੍ਰੀਏਟ ਸਮਥਿੰਗ ਕਿ ਵਾਈਫ ਹੈ ਯੈਸ ਜੀ ਉਹ ਨੈਕਸਟ ਟ੍ਰਿਪ ਤੇ ਮੇਰੇ ਨਾਲ ਜਾ ਰਹੀ ਹੈ ਸੋ ਯੈਸ ਅ ਅਗਲੀ ਵਾਰ ਇਸੇ ਇਕੱਠੇ ਜਾ ਰਹੇ ਆ ਕਿਸੇ ਨਾ ਕਿਸੇ ਤਰੀਕੇ ਦੀ ਪੋਜ਼ਿਟਿਵਿਟੀ ਕੀ ਐਸ ਉਹ ਅੰਗੇਜ ਸੀਗੇ ਉਹ ਆਲਰੇਡੀ ਉਹਦੀਆਂ ਹੌਲੀਡੇng ਦੂਸਰੇ ਪਾਸੇ ਚੱਲ ਰਹੀਆਂ ਤੇ ਮੇਰਾ ਟਾਈਮ ਸੀ ਮੇਰੀਆਂ ਹੌਲੀਡੇਜ਼ ਇਧਰ ਚਲੀਆਂ ਨੈਕਸਟ ਹੌਲੀਡੇ ਸਾਡੀਆਂ ਇਕੱਠੀਆਂ ਨੇ ਜਿਆ ਟ੍ਰਾਈ ਕਰੋ ਜਿਹੜੀ ਐਪਲੀਕੇਸ਼ਨਸ ਇਕੱਠੀਆਂ ਲਾਓ ਉਹਨਾਂ ਦੇ ਰਿਜ਼ਲਟ ਹੋਰ ਜ਼ਿਆਦਾ ਪੋਜ਼ਿਟਿਵ ਆਉਂਦੇ ਆ ਸੋ ਇਹ ਛੋਟੀਆਂ ਛੋਟੀਆਂ ਨੈਗੇਟਿਵਿਟੀ ਵਾਲੀਆਂ ਹਜ਼ਾਰ ਅਸੰਪਸ਼ਨਸ ਹਜ਼ਾਰ ਟ੍ਰੇਨਿੰਗਸ ਨੇ ਸੋ ਅਲਟੀਮੇਟਲੀ ਸਾਡੇ ਈਵਨ ਟ੍ਰੇਨਿੰਗ ਸੈਸ਼ਨ ਅਸੀਂ ਕਾਫੀ ਲਾਈਕ ਜਿਹੜੇ ਐਪਲੀਕੈਂਟਸ ਆ ਉਹਨਾਂ ਦੇ ਕਰਦੇ ਆਂ ਔਰ ਅਸੀਂ ਵੀ ਗਾਰੰਟੀ ਕੀ ਕੋਈ ਸਵਾਲ ਬਾਹਰ ਹੋਣੀ ਆ ਸਕਦਾ ਕੋਈ ਜਵਾਬ ਬਾਹਰ ਹੋਣੀ ਆ ਸਕਦਾ ਬਿਕਾਜ਼ ਕੱਲੇ ਕੱਲੇ ਕੈਂਡੀਡੇਟ ਦੀਆਂ ਅਸੀਂ ਸਿਚੁਏਸ਼ਨਸ ਜਿਹੜੀਆਂ ਉਹਨਾਂ ਨੂੰ ਇਕੱਲੇ ਇਕੱਲੇ ਨੂੰ ਸਮਝ ਕੇ ਉਹਨਾਂ ਨੂੰ ਟ੍ਰੇਨ ਕਰਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਔਰ ਜਦੋਂ ਅਸੀਂ ਉਸ ਤਰੀਕੇ ਨਾਲ ਕਰਦੇ ਆ ਫਿਰ ਵੀਜ਼ਾ ਲੈਣਾ ਬਹੁਤ ਸੌਖਾ ਲੱਗਦਾ ਆ ਜੀ ਔਰ ਇਹ ਇਹੋ ਜਿਹੇ ਸਵਾਲ ਜਿਹੜੇ ਬਹੁਤ ਟ੍ਰਿੱਕੀ ਕਈ ਵਾਰੀ ਲੱਗਦੇ ਆ ਔਰ ਜਿਨ੍ਹਾਂ ਨੂੰ ਕੈਰੀਅਰ ਕਰਨਾ ਬਹੁਤ ਈਜ਼ੀ ਹੈ ਲਾਸਟ ਮੰਥ ਵੀ ਹੈਡ ਅ ਸਟੂਡੈਂਟ ਵੀਜ਼ਾ ਲੜਕੀ ਮੈਂ ਪਹਿਲਾਂ ਵੀ ਸ਼ੋਅ 'ਚ ਜ਼ਿਕਰ ਕੀਤਾ ਸੀ ਇਸ ਇੰਟਰਵਿਊ ਦਾ ਕਰਕੇ ਬਿਕੋਜ਼ ਲੜਕੀ ਦਾ ਵੀਜ਼ਾ ਆਇਆ ਤਿੰਨ ਵਾਰੀ ਯੂਐਸ ਰਿਫਿਊਜ਼ ਹੋਇਆ ਸੀ ਗਾਇਨਕੋਲੋਜਿਸ ਸੀ ਲੋਕਲ ਜਲੰਧਰ ਦੇ ਹਸਪੀਟਲ ਦੇ ਵਿੱਚ ਮਾਸਟਰਸ ਪ੍ਰੋਗਰਾਮ ਦੇ ਲਈ ਜਾ ਰਹੀ ਸੀ ਮਾਸਟਰ ਵੀ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜਾ ਕਿ ਲਾਈਕ ਹੈਲਥ케ਅਰ ਦੇ ਨਾਲ ਐਡ-ਆਨ ਨਹੀਂ ਹੈਗਾ ਸੀ ਕੁਛੜ ਤਿੰਨ ਸਾਲ ਦੀ ਕੁੜੀ ਸੀ ਸੋ ਲਾਈਕ ਦੋ ਵਾਰੀ ਰਿਫਿਊਜ਼ਲ ਪਹਿਲਾਂ ਐਸੇ ਕਰਕੇ ਸੀ ਕਿ ਬਿਕੋਜ਼ ਆਫ ਦੀ ਬੋਡੀ ਲੈਂਗੁਏਜ ਤੋਂ ਨਹੀਂ ਲੱਗ ਰਿਹਾ ਸੀ ਕਿ ਸ਼ੀ ਇਜ਼ ਨਾਟ ਕੰਫਰਟੇਬਲ ਵਿਦ ਦ ਗਰਲ ਸ਼ੀ ਇਸ ਕੈਰੀਂਗ ਅਲੋਂਗ ਵਿਦ ਔਰ ਮੇਰਾ ਲਾਈਕ ਸ਼ੀ ਵਾਸ ਆਲ ਆਊਟ ਕਿ ਮੇਰਾ ਜੀ ਹਲਕੀ ਟੱਕਰ ਮਾਰਨੀ ਐਸੀ ਹੋ ਗਿਆ ਠੀਕ ਆ ਨਹੀਂ ਤੇ ਮੈਂ ਮਤਲਬ ਸਟੋਰੀ ਖਤਮ ਆਪਸ ਤੋਂ ਬਾਅਦ ਨਾ ਨਹੀਂ ਲੈਣਾ ਜੀ ਜੀ ਤੇ ਲਾਈਕ ਮੈਂ ਸਡਨਲੀ ਆਇਆ ਆਸ ਕਿ ਬੀਬੀ ਜੀ ਕੁਛੜ ਕੁੜੀ ਚੱਕ ਕੇ ਪੜੋਗੇ ਕਿਦਾਂ ਹਾਂ ਔਰ ਯਕੀਨ ਮੰਨੋ ਉਹਦੀ ਨਾਲ ਹੀ ਸਾਰੀ ਜਿੱਦਾਂ ਹਵਾ ਨਹੀਂ ਨਿਕਲ ਗਈ ਕਿ ਹਾਂਜੀ ਇਹ ਤੇ ਬੜਾ ਔਖਾ ਜੀ ਹੂੰ ਸੋ ਜਦ ਤੱਕ ਤੁਸੀਂ ਖੁਦ ਨੂੰ ਕਨਵਿੰਸ ਨਹੀਂ ਕਰੋਗੇ ਤੁਸੀਂ ਵੀਜ਼ਾ ਆਫੀਸਰ ਨੂੰ ਕਿਥੋਂ ਕਨਵਿੰਸ ਕਰ ਲੋਗੇ ਜੀ ਸੋ ਯੈਸ ਵੀ ਵਰਕਡ ਔਨ दैट ਐਪਲੀਕੇਸ਼ਨ ਉਹਦੀਆਂ ਅਸੀਂ ਐਪਲੀਕੇਸ਼ਨ ਅਸੰਪਸ਼ਨਸ ਉੱਪਰ ਸਾਰਾ ਕੰਮ ਕਰ ਕੀਤਾ ਐਂਡ ਯੈਸ ਨੈਕਸਟ ਟ੍ਰਿਪ ਦੇ ਵਿੱਚ ਹਾਰਡਲੀ 2-3 ਮਿੰਟ ਦੇ ਵਿੱਚ ਉਹਦੀ ਇੰਟਰਵਿਊ ਕਲੀਅਰ ਸੀ ਸੋ ਇਹ ਕੋਈ ਜਾਦੂ ਨਹੀਂ ਆ ਇੱਕ ਸਾਇੰਟਿਫਿਕ ਪ੍ਰੋਸੈਸ ਆ ਪ੍ਰੋਸੀਜਰ ਆ ਇਹਦੀ ਜਾਂ ਤੈਨੂੰ ਸਮਝ ਹੈਗੀ ਆ ਜਾਂ ਤੈਨੂੰ ਸਮਝ ਨਹੀਂ ਆ ਸੋ ਬਹੁਤ ਸਾਰੇ ਤੁਸੀਂ ਵੇਖਦੇ ਹੋ ਬਹੁਤ ਸਾਰੇ ਡਿਜ਼ਾਈਨਰਸ ਨੇ ਲਾਈਕ ਕੋਈ ਬਹੁਤ ਉੱਪਰਲਾ ਡਿਜ਼ਾਈਨਰ ਆ ਕੋਈ ਕੋਈ ਕੱਲਾ ਮਤਲਬ ਹਲਕਾ ਡਿਜ਼ਾਈਨਰ ਆ ਸੋ ਜਾਂ ਕਿਸੇ ਨੂੰ ਕਲਰਜ਼ ਦੀ ਸਮਝ ਹੈਗੀ ਆ ਜਾਂ ਕਲਰਜ਼ ਦੀ ਸਮਝ ਨਹੀਂ ਹੈਗੀ ਨਹੀਂ ਹੈਗੀ ਸੋ ਇਸੇ ਤਰੀਕੇ ਨਾਲ ਇਹਨਾਂ ਚੀਜ਼ਾਂ ਨੂੰ ਤੁਸੀਂ ਸਮਝ ਸਕਦੇ ਹੋ ਕਿ ਜਾਂ ਤੁਸੀਂ ਉਸ ਦੁਨੀਆ ਨੂੰ ਜਾਣਦੇ ਹੋ ਜਾਂ ਤੁਸੀਂ ਕੱਲੇ ਕਾਗਜ਼ ਭਰ ਕੇ ਐਮਬੈਸੀ ਤੱਕ ਭੇਜਣ ਦੀ ਗੱਲਬਾਤ ਕਰਦੇ ਹੋ ਸੋ ਵਾਂਸ ਯੂ ਅੰਡਰਸਟੈਂਡ ਦੈਟ ਸਾਇੰਸ ਤੈਨੂੰ ਬਹੁਤ ਸੌਖੀਆਂ ਚੀਜ਼ਾਂ ਦਿਸਦੀਆਂ ਨੇ ਔਰ ਇਸੇ ਕਰਕੇ ਅਸੀਂ ਇਹ ਚੀਜ਼ ਦਿਖਾ ਪਾਉਨੇ ਆ ਜੀ ਔਰ ਇਸੇ ਕਰਕੇ ਬਾਰ-ਬਾਰ ਕਹਿੰਨੇ ਆ ਕਿ ਸਭ ਤੋਂ ਸੌਖੇ ਵੀਜ਼ੇ ਅਮਰੀਕਾ ਦੇ ਨੇ ਸੋ ਜਿਵੇਂ ਤੁਸੀਂ ਕਾਗਜ਼ਾਂ ਦੀ ਗੱਲ ਕੀਤੀ ਹੈ ਕਈ ਵਾਰੀ ਅਸੀਂ ਇਹ ਸੋਚ ਲੰਨੇ ਆ ਕਿ ਸਾਡੇ ਕੋਲ ਪੇਪਰ ਘਟ ਨੇ ਸ਼ਾਇਦ ਤਾਂ ਵੀਜ਼ਾ ਨਹੀਂ ਲੱਗਿਆ ਉਹ ਕਿੰਨਾ ਕੁ ਜ਼ਿਆਦਾ ਜ਼ਰੂਰੀ ਹੈ ਯੂਐਸ ਵੀਜ਼ਾ ਦੇਖੋ ਇਹ ਐਮਬੈਸੀ ਇਹ ਐਮਬੈਸੀ ਸਭ ਤੋਂ ਵੱਧ ਤੁਹਾਡੇ ਤੇ ਖੋਤੇ ਯਕੀਨ ਕਰਦੀ ਹੈ ਇਹ ਐਮਬੈਸੀ ਕਾਗਜ਼ਾਂ ਨੂੰ ਸਾਈਡ ਤੇ ਰੱਖ ਕੇ ਫਿਰ ਤੁਹਾਡੇ ਨਾਲ ਗੱਲ ਕਰਦੀ ਹੈ ਬਹੁਤ ਸਾਰੇ ਕੇਸਿਸ ਇਥੇ ਐਡਮਿਨਿਸਟ੍ਰੇਟਿਵ ਪ੍ਰੋਸੈਸਿੰਗ ਦੇ ਵਿੱਚ ਵੀ ਜਾਂਦੇ ਨੇ ਜਿਹੜੇ ਕਿ ਸੈਕੰਡ ਲੈਵਲ ਆਫ ਵੈਰੀਫਿਕੇਸ਼ਨਸ ਵਿੱਚ ਜਾਂਦੇ ਆ ਬਟ ਪਹਿਲਾ ਉਹ ਜਾਂਦੇ ਨੇ ਜਿਹੜੇ ਸਕਸੈਸਫੁਲ ਕੈਂਡੀਡੇਟ ਹੁੰਦੇ ਨੇ ਜਿਹੜਾ ਪਹਿਲੀ ਸਕਰੀਨਿੰਗ ਆ ਉਹ ਤੁਹਾਡੀ ਕੱਲਿਆਂ ਦੀ ਆ ਸੋ ਵੀਜ਼ਾ ਆਫੀਸਰ ਤੁਹਾਡੇ ਨਾਲ ਗੱਲਬਾਤ ਕਰਕੇ ਉਸ ਤੋਂ ਬਾਅਦ ਕਾਗਜ਼ਾਂ ਦੀ ਗੱਲ ਹੈ। ਜੀ। ਸੋ ਸਾਡੀ ਕਿਉਂਕਿ ਸੁਭਾਅ ਦੇ ਵਿੱਚ ਅਸੀਂ ਕਹਿੰਨੇ ਕਿ ਪਹਿਲਾਂ ਕਾਗਜ਼ ਚੈੱਕ ਕਰ ਲੋ। ਕਹਿੰਦਾ ਯਾਰ ਪਹਿਲਾਂ ਤੂੰ ਤ ਦੱਸ ਲਾ। ਸੋ ਇਸ ਕਨਫਿਊਜ਼ਨ ਵਿੱਚ ਬਹੁਤ ਸਾਰੇ ਐਪਲੀਕੈਂਟ ਜਿਹੜੇ ਰਿਫਿਊਜ਼ ਹੁੰਦੇ ਆ। ਜੀ। ਇਸ ਤੋਂ ਕਈ ਵਾਰੀ ਇੰਜ ਹੋ ਜਾਂਦਾ ਅਸੀਂ ਬਾਹਰ ਤਾਂ ਚੱਲੇ ਆ ਅਸੀਂ ਜਾਣੇ ਤੇ ਇਹੀ ਸੋਚ ਕੇ ਆ ਕਿ ਅਸੀਂ ਵਾਪਸ ਨਹੀਂ ਆਉਣਾ। ਉੱਥੇ ਹੀ ਰਹਿਣਾ, ਪੀਆਰ ਲੈਣੀ ਹੈ। ਸੋ ਕਈ ਵਾਰੀ ਇਹ ਵੀ ਵੀਜ਼ਾ ਆਫੀਸਰ ਪੁੱਛ ਸਕਦਾ ਕਿ ਤੂੰ ਵਾਪਸ ਆਏਂਗਾ ਕਿ ਨਹੀਂ ਆਏਂਗਾ? ਕੀ ਇਹ ਸਵਾਲ ਹੁੰਦਾ? ਅ ਦੇਖੋ ਇਹ ਸਵਾਲ ਅਗਰ ਹੁੰਦਾ ਆ ਇਟ ਮੀਨਸ ਯੂ ਫੇਲਡ ਯੂਰ ਇੰਟਰਵਿਊ ਹਮ बिकॉज ਇਹਦਾ ਮਤਲਬ ਇਹ ਹੋ ਗਿਆ ਕਿ ਤੁਸੀਂ ਆਪਣੀਆਂ ਸੋਸ਼ਲ ਤੇ ਇਕਨੋਮਿਕ ਕਟਾਈਜ਼ ਸਿੱਧ ਨਹੀਂ ਕਰ पाए ਤਾਂ ਇਹ ਸਵਾਲ ਹੈ ਓਕੇ बिकॉज ਤੁਸੀਂ ਸੋਚੋ ਇਹ ਸਵਾਲ ਅੰਬਾਨੀ ਦੇ ਮੁੰਡੇ ਨੂੰ ਕੀਤਾ ਜਾ ਸਕਦਾ ਤੀ ਖੁਦ ਸੋਚ ਕੇ ਵੇਖੋ ਕਿ ਅੰਬਾਨੀ ਦਾ ਮਤਲਬ ਮੁੰਡਾ ਉਥੇ ਐਮਬੈਸੀ 'ਚ ਖੜਾ ਹੋਵੇ ਔਰ ਉਹਨੂੰ ਵੀਜ਼ਾ ਆਫੀਸਰ ਕਹੇ ਯਾਰ ਕੀ ਗਾਰੰਟੀ ਹੈ ਤੂੰ ਪੱਕਾ ਆ ਜਾਵੇਂਗਾ ਸੋ ਕੁਛ ਚੀਜ਼ਾਂ ਤੁਸੀਂ ਅਲਾਉ ਨਹੀਂ ਕਰਦੇ ਤੁਹਾਡੀ ਬਾਡੀ ਲੈਂਗੁਏਜ ਅਲਾਉ ਨਹੀਂ ਕਰਦੀ ਹੂੰ ਹੂੰ ਸੋ ਇਸ ਕਰਕੇ ਇਹ 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 ਤੁਹਾਡਾ ਔਰਾ ਆ ਇਹ ਇਹ ਤੁਹਾਡਾ ਲਾਈਕ ਜਿਹੜਾ ਕ੍ਰੀਏਟ ਕੀਤਾ ਪਿਆ এনवायरमेंट ਆ ਬਿਕੋਜ਼ ਇਸ এনवायरमेंट ਦੇ ਕ੍ਰੀਏਟਰ ਤੁਸੀਂ ਹੋ ਇਹ ਵੀਜ਼ਾ ਆਫੀਸਰ ਕ੍ਰੀਏਟਰ ਨਹੀਂ ਆ ਵੀਜ਼ਾ ਆਫੀਸਰ ਕੋ ਤਾਂ ਹਜ਼ਾਰ ਬੰਦਾ ਭੁਗਤ ਰਿਹਾ ਬਿਲਕੁਲ ਉਹਦੇ ਜੋ ਕਿਸੇ ਨੂੰ ਵੀਜ਼ਾ ਦੇ ਰਿਹਾ ਕਿਸੇ ਨੂੰ ਨਹੀਂ ਦੇ ਰਿਹਾ ਉਹਦੇ ਪੈਰਾਮੀਟਰਸ ਆਪਾਂ ਚੈੱਕ ਕਰ ਰਹੇ ਹਾਂ ਜੀ ਸੋ ਅਸੀਂ ਕਿਹੜੇ ਪਾਸੇ ਨੂੰ ਭੁਗਤਣਾ ਇਹ ਤਾਂ ਸਾਡੇ ਤੇ ਆ ਹੂੰ ਇੱਕ ਕੱਲਾ ਕਿ ਅਸੀਂ ਕੱਲਾ ਕੁੰਡਾ ਖੜਕਾਉਣ ਚੱਲੇ ਆ ਇੱਕ ਕੱਲਾ ਸੀ ਟੱਕਰ ਮਾਰਨ ਚੱਲੇ ਆ ਇੱਕ ਅਸੀਂ ਸਮਝ ਕੇ ਆਪਣੀ ਐਪਲੀਕੇਸ਼ਨ ਫੇਰ ਜਾ ਰਹੇ ਆ ਤੁਸੀਂ ਕਿਸ ਤਰ੍ਹਾਂ ਦੇ ਐਪਲੀਕੈਂਟ ਹੋ ਉਹਨੇ ਵੀਜ਼ਾ ਤੈਅ ਕਰਨਾ ਹੈ ਕਈ ਵਾਰੀ ਅਸੀਂ ਇਹ ਵੀ ਸੋਚ ਲੈਂਦੇ ਆ ਕਿ ਅਸੀਂ ਜੈਂਟਲਮੈਨ ਬਣ ਕੇ ਨਹੀਂ ਚੱਲੇ ਸਿੰਪਲ ਸਾਦੇ ਕੱਪੜੇ ਪਾਏ ਆਪਣੇ ਆਟਾਇਰ ਤੋਂ ਵੀ ਕਈ ਵਾਰੀ ਆਪਣੇ ਆਪ ਨੂੰ ਹੀ ਸਮਝਾਉਂਦੇ ਰਹਿੰਦੇ ਆ ਕਿ ਤੂੰ ਸਿੰਪਲ ਜਾ ਚੱਲਣਾ ਪਤਾ ਨਹੀਂ ਵੀਜ਼ਾ ਲੱਗਣਾ ਕਿ ਨਹੀਂ ਲੱਗਣਾ ਸਾਨੂੰ ਸੋਨਾ ਬਣ ਕੇ ਜਾਣਾ ਪਏਗਾ ਕੀ ਇਹ ਵੀ ਮਾਇਨੇ ਰੱਖਦਾ ਅ ਦੇਖੋ ਬਹੁਤ ਸਾਰੇ ਪੋਲੀਟਿਸ਼ੀਅਨ ਸਾਡੇ ਅਰਬਾਂ ਪਤੀ ਨੇ ਸਧਾਰਨ ਕੁੜਤੇ ਪਿਆਮੇ ਚ ਹੁੰਦੇ ਆ ਜੀ ਸੋ ਚੀਜ਼ਾਂ ਦਾ ਫਰਕ ਪੈਂਦਾ ਆ ਬਟ ਇਹੀ ਸਭ ਕੁਛ ਆ ਇਹ ਨਹੀਂ ਆ ਜੀ ਸੋ ਮੈਂ ਮਤਲਬ ਬਹੁਤ ਸਾਰੇ ਲੋਕਾਂ ਨੂੰ ਸੋਨੇ ਨਾਲ ਲੱਦ ਕੇ ਐਮਬੈਸੀ ਜਾਂਦੇ ਵੇਖਿਆ ਕਿਹੜਾ ਜਾਂਦਾ ਐਮਬੈਸੀ ਇਸ ਤਰੀਕੇ ਨਾਲ ਯਾਰ ਜੀ ਏਜੰਟ ਕਹਿਣ ਦੇ ਵੀ ਚਾਰ ਚਾਰ ਹਾਰ ਪਾ ਕੇ ਜਾਓ ਤਾਂ ਪਤਾ ਲੱਗੇ ਸੋਨੇ ਵਾਲੀ ਹਮ ਬਸ ਉਹ ਤੁਸੀਂ ਮੰਗ ਕੇ ਵੀ ਪਾ ਲੋਗੇ ਬਿਲਕੁਲ ਸੋ ਤੁਹਾਡੀ ਪੋਜ਼ਿਟਿਵਿਟੀ ਤੋਂ ਤੁਸੀਂ ਅਮੀਰ ਲੱਗਣੇ ਚਾਹੀਦੇ ਹੋ ਤੁਹਾਡੇ ਕੱਪੜਿਆਂ ਤੋਂ ਯੈਸ ਡੈਫੀਨੇਟਲੀ ਯੂ ਆਰ ਵੇਅਰਿੰਗ ਨਾਈਸ ਸੂਟ ਚੰਗੀ ਗੱਲ ਹੈ ਹਮ ਬਟ ਜਿਹੜਾ ਅਮੀਰੀ ਨੂੰ ਤੁਸੀਂ ਕਹੋ ਵੀ ਮੈਂ ਬਹੁਤ ਜਿਆਦੇ ਬ੍ਰਾਂਡਡ ਪਾਈ ਹੁਣ ਪੰਕੀ ਪਾਈ ਹੁਣ ਉਹਦੇ ਨਾਲ ਵੀਜ਼ਾ ਮਿਲ ਜੂ ਉਹਦੇ ਨਾਲ ਮਿਲ ਜੂ ਯੈਸ ਪ੍ਰੈਜ਼ੈਂਟੇਬਲ ਹੋਣਾ ਜ਼ਰੂਰੀ ਹੈ ਜੀ ਇਫ ਯੂ ਆਰ ਵੇਅਰਿੰਗ ਅ ਨਾਈਸ ਸੂਟ ਨਾਈਟ ਟਾਈ ਨਾਈਟ ਸ਼ਰਟ ਕੋਈ ਮਾੜਾ ਨਹੀਂ ਹੈ ਚੰਗਾ ਆ ਹਮ ਬਟ ਜੇ ਕਹੋ ਵੀ ਇਹੀ ਕੱਲਾ ਵੀਜ਼ਾ ਲੈ ਦੂਗਾ ਇਦਾਂ ਵੀ ਨਹੀਂ ਆ ਸੋ ਇਹ ਇੱਕ ਪੋਜ਼ਿਟਿਵਿਟੀ ਦਾ ਸੋਰਸ ਹੋ ਸਕਦਾ ਹੈ ਸੋ ਬਹੁਤ ਸਾਰੇ ਲੋਕ ਬੱਚਿਆਂ ਨੂੰ ਨਾਲ ਨਹੀਂ ਲੈ ਕੇ ਜਾਂਦੇ ਬੱਚੇ ਪੋਜ਼ਿਟਿਵਿਟੀ ਨਾਲ ਭਰੇ ਹੋਏ ਨੇ ਇਹ ਖੱਪ ਕਰੂਗਾ ਮੈਂ ਬਿਹਤਰ ਦਵ ਦੂੰ ਇਹ ਗਲਤ ਹੈ ਸਭੋ ਹਮ ਬੱਚੇ ਪੋਜ਼ਿਟਿਵਿਟੀ ਦਾ ਇੰਨਾ ਜ਼ਿਆਦਾ ਵੱਡਾ ਸੋਰਸ ਨੇ ਉਹਨਾਂ ਨੂੰ ਨਾਲ ਲੈ ਕੇ ਜਾਇਆ ਕਰੋ ਇੰਟਰਵਿਊਜ਼ ਦੇ ਉੱਪਰ ਹੂੰ ਕਿਉਂਕਿ ਸਾਨੂੰ ਅਸੰਪਸ਼ਨ ਮਿਲ ਜਾਂਦੀ ਹੈ ਕਿ 14 ਸਾਲ ਤੋਂ ਬੱਚੇ ਨੂੰ ਪਰਸਨਲੀ ਅਪੀਅਰ ਕਰਨ ਦੀ ਲੋੜ ਨਹੀਂ ਸੋ ਲੋਕ ਕਈ ਲੈ ਕੇ ਨਹੀਂ ਜਾਂਦੇ ਬਟ ਡੂ ਕੈਰੀ ਦਾ ਕਿਡਸ ਬੱਚਿਆਂ ਨਾਲ ਲੈ ਕੇ ਜਾਓ ਬੱਚੇ ਪੋਜ਼ਿਟਿਵਿਟੀ ਦਾ ਬਹੁਤ ਵੱਡਾ ਸੋਰਸ ਨੇ ਸੋ ਇਹ ਇੰਟਰਵਿਊ ਹੀ ਪੂਰੀ ਪੋਜ਼ਿਟਿਵਿਟੀ ਦੇ ਆਧਾਰ ਤੇ ਆ ਇਹ ਵੀ ਤਾਂ ਹੋ ਸਕਦਾ ਹੈ ਕਿ ਬੱਚਾ ਝੂਠ ਬੋਲ ਦੇਗਾ ਛੋਟੇ ਬੱਚੇ ਦੀ ਦੇਖੋ ਛੋਟੇ ਬੱਚੇ ਸਮਝ ਇੰਨੀ ਹੁੰਦੀ ਹੈ ਕਿ ਉਹ ਖੁਦ ਪੋਜ਼ਿਟਿਵਿਟੀ ਦਾ ਸੋਰਸ ਨੇ ਔਰ ਝੂਠ ਕੀ ਬੋਲ ਦੇਣਗੇ ਅਗਰ ਤੇ ਜਿਆਦਾ ਛੋਟਾ ਆ ਉਹਦੀ ਸੁਣਵਾਈ ਨਹੀਂ ਹੋਣੀ ਜੀ ਉਹ ਵਿਚਾਰਾ ਬੋਲਣ ਜੋਗਾ ਨਹੀਂ ਅਗਰ ਵੱਡਾ ਹੋਏਗਾ ਉਹ ਮਾਂ-ਬਾਪ ਦੀ ਕਹਿਣੇ ਚ ਆ ਜਾਂਦਾ ਸਮਝ ਜਾਂਦਾ ਹੈ ਜੀ ਜੀ ਸੋ ਮੈਨੂੰ ਲੱਗਦਾ ਹੈ ਕਿ ਅੱਜ ਅਸੀਂ ਜਿੰਨੇ ਵੀ ਸਵਾਲ ਕੀਤੇ ਨੇ ਯੂ ਐਸਏ ਜਾਣ ਬਾਰੇ ਇੰਟਰਵਿਊ ਦੇ ਬਾਰੇ ਚ ਜੋ ਵੀ ਤੁਹਾਨੂੰ ਸਵਾਲ ਜਵਾਬ ਕੀਤੇ ਜਾਂਦੇ ਨੇ ਉਹਦਾ ਤੁਸੀਂ ਕਿਵੇਂ ਅਨਸਰ ਦੇਣਾ ਹੈ ਕਿਵੇਂ ਉਸ ਚੀਜ਼ ਨੂੰ ਸੰਭਾਲਣਾ ਹੈ ਸੋ ਉਹਦੇ ਬਾਰੇ ਸਾਰੇ ਜਿਹੜੇ ਸਵਾਲ ਜਵਾਬ ਨੇ ਤੁਹਾਨੂੰ ਕਲੀਅਰ ਹੋ ਗਏ ਹੋਣ ਕਿ ਅਗਲੀ ਵਾਰ ਜੇ ਤੁਸੀਂ ਆਪਣੀ ਫਾਈਲ ਲਾਉਨੇ ਹੋ ਯੂ ਐਸਏ ਜਾਣ ਵਾਸਤੇ ਤਾਂ ਤੁਸੀਂ ਵਾਕਈ ਆਪਣੀ ਤਿਆਰੀ ਕਰਕੇ ਜਾਨੇ ਹੋ ਸੋ ਮੈਨੂੰ ਲੱਗਦਾ ਇੰਨੇ ਹੀ ਸਵਾਲਾਂ ਦੇ ਨਾਲ ਬਹੁਤ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਤੁਹਾਨੂੰ ਕਲੀਅਰ ਹੋ ਗਏ ਹੋਣਗੇ ਅਗਲੀ ਵਾਰ ਨਵੇਂ ਸਵਾਲਾਂ ਦੇ ਨਾਲ ਤੇ ਨਵੇਂ ਜਵਾਬ ਤਾਂ ਫਿਰ ਤੁਸੀਂ ਹਾਜ਼ਰ ਹੋਵਾਂਗੇ ਦਿਓ ਇਜਾਜ਼ਤ ਸਾਸਤ੍ਰੀਕਾਲ ਸ਼ੁਕਰੀਆ